ਹਾਂਜੀ ਸਤਿ ਸ਼੍ਰੀ ਅਕਾਲ ਬਈ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਉਡਾਨ ਇੰਸਟੀਚਿਊਟ ਦੇ ਪਲੇਟਫਾਰਮ ਤੇ। ਸੋ ਆਪਾਂ ਹੈ ਜੋ ਉਹ ਸਟਾਰਟ ਕਰਨ ਜਾ ਰਹੀ ਹਾਂ। ਸੋ ਕੱਲ੍ਹ ਵਾਲੀ ਕਲਾਸ ਦੇ ਵਿੱਚ ਆਪਾਂ ਨੇ ਪੋਲੀਟੀਕਲ ਸਾਇੰਸ ਦੇ ਐਮਸੀਕਿਊ, ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਜੋਗ੍ਰਾਫੀ ਦੇ। ਕੱਲ੍ਹ ਬੱਚੇ ਕਾਫੀ ਪੁੱਛ ਜੋਗ੍ਰਾਫੀ, ਸੋ ਸਾਰੀਆਂ ਚੀਜ਼ਾਂ ਨਾਲ ਨਾਲ ਹੀ, ਚਾਹੇ ਪੋਲੀਟੀਕਲ ਚਾਹੇ ਜੋਗ੍ਰਾਫੀ ਹੈ। ਸੋ ਆਪਾਂ ਜੋਗ੍ਰਾਫੀ ਦੇ ਐਮਸੀਕਿਊਜ਼ ਜਿਹੜੇ ਹੈਗੇ ਅੱਜ ਸਟਾਰਟ ਕਰਾਂਗੇ, ਜਿਹਦੇ ਵਿੱਚ ਆਪਣਾ ਜਿਹੜਾ ਟਾਈਮ ਟੇਬਲ ਹੈ ਇਹਨੂੰ ਥੋੜ੍ਹਾ ਜਿਹਾ ਦੁਬਾਰਾ ਤੋਂ ਨੋਟ ਕਰ ਲਓ, ਕਿਉਂਕਿ ਡੇਲੀ ਕਲਾਸ ਦੇ ਵਿੱਚ ਕੁਐਰੀ ਹੁੰਦੀ ਹੈ ਸਪੈਸੀਫਿਕਲੀ ਮੈਮ ਟਾਈਮ ਟੇਬਲ ਕੀ ਹੈਗਾ। ਤਾਂ ਆਪਣਾ ਜਿਹੜਾ ਟਾਈਮ ਟੇਬਲ ਆ ਆਫਲਾਈਨ ਇਸ ਤਰੀਕੇ ਦਾ ਰਹਿਣ ਵਾਲਾ, ਆਨਲਾਈਨ ਇਸ ਤਰੀਕੇ ਦਾ ਰਹਿਣ ਵਾਲਾ। ਸ਼ਾਮ ਨੂੰ 6:30 ਤੋਂ 7:30 ਵਜੇ ਜਿਹੜਾ ਟਾਈਮ ਹੈ ਤੁਸੀਂ ਕਿਹਦਾ ਕਰਨਾ, ਇੰਗਲਿਸ਼ ਵਾਲੀ ਕਲਾਸ ਦਾ ਕਰਨਾ, ਠੀਕ ਹੈ ਜੀ। ਸੋ ਇਹ ਥੋੜ੍ਹਾ ਜਿਹਾ ਚੇਂਜ ਕਰ ਲਿਓ, ਜਿਹੜਾ ਸ਼ਾਮ ਵਾਲਾ ਟਾਈਮ ਪੀਰੀਅਡ ਹੈਗਾ ਹੈਗਾ ਇਹ ਕਿਹਦਾ, ਇੰਗਲਿਸ਼ ਵਾਲੀ ਕਲਾਸ। ਸੋ ਇਹ ਟਾਈਮ ਟੇਬਲ ਸਾਰੇ ਬੱਚਿਆਂ ਨੇ ਨੋਟ ਕਰ ਲੈਣਾ, ਜਿਹੜੇ ਬੱਚੇ ਨਿਊ ਤਰੀਕੇ ਨਾਲ ਵੀਡੀਓ ਦੇਖ ਰਹੇ ਨੇ, ਜਿਹੜੇ ਬੱਚੇ ਟਾਈਮ ਜੁੜੇ ਤੇ ਉਹਨਾਂ ਲਈ ਟਾਈਮ ਟੇਬਲ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ। ਮਾਰਨਿੰਗ 9:30 ਤੋਂ 11:30 ਕਲਾਸ ਹੈ, ਦੈਨ 2 ਵਜੇ ਪੰਜਾਬੀ, ਦੈਨ 3 ਵਜੇ ਹਿੰਦੀ, ਦੈਨ 4 ਤੋਂ 6 ਸਾਈਕੋਲੋਜੀ, ਦੈਨ 30 ਤੋਂ ਇੰਗਲਿਸ਼ ਦੀ ਕਲਾਸ ਜਿਹੜੀ ਹੈਗੀ ਉਹ ਹੁੰਦੀ, ਠੀਕ ਹੈ। ਸੋ ਆਪਾਂ ਜਿਹੜੀ ਹੈ ਆਪਣੀ ਕਲਾਸ ਸਟਾਰਟ ਕਰਦੇ ਹਾਂ ਆਪਣੇ ਪਹਿਲੇ ਕੁਐਸਚਨ ਦੇ ਨਾਲ। ਜਿਹੜੇ ਬੱਚੇ ਨਿਊ ਨਿਊ, ਦੱਸ ਦਿੱਤਾ ਜਾਂਦਾ ਹੈ ਕਿ ਇਹ ਜਿਹੜਾ ਤੁਹਾਡਾ ਬੈਚ ਹੈ ਨਿਊ ਸਟਾਰਟ ਹੈ ਬਿਲਕੁਲ, ਜਿਹਦੇ ਵਿੱਚ ਤੁਹਾਡੀਆਂ ਲਾਈਵ ਕਲਾਸਸ ਹੋਣਗੇ। ਇਹਦੇ ਲਈ ਤੁਸੀਂ ਡੈਮੋ ਜੋ ਯੂਟਿਊਬ ਤੇ ਦੇਖ ਰਹੇ ਹੋ, ਬਾਅਦ ਇਹ ਕਲਾਸਸ ਨੇ ਜਿਹੜੀਆਂ ਐਪਲੀਕੇਸ਼ਨ ਤੇ ਸ਼ਿਫਟ ਹੋ ਜਾਣਗੀਆਂ, ਜੋ ਕਿ ਉਡਾਨ ਇੰਸਟੀਚਿਊਟ ਦੀ ਐਪ ਦੇ ਉੱਪਰ ਰਹਿਣਗੀਆਂ, ਠੀਕ ਹੈ ਜੀ। ਔਰ ਜੇ ਤੁਸੀਂ ਪਹਿਲੀ ਵਾਰੀ ਤਿਆਰੀ ਕਰ ਰਹੇ ਹੋ, ਕੋਈ ਘਬਰਾਉਣ ਦੀ ਲੋੜ ਹੈਗੀ, ਐਮਸੀਕਿਊ ਦੇ ਥਰੂ ਪ੍ਰੋਪਰ ਤਰੀਕੇ ਨਾਲ ਰਿਵੀਜ਼ਨ ਕਰ ਸਕਦੇ। ਅਗਲਾ ਜੇ ਆਪਾਂ ਗੱਲ ਕਰੀਏ ਜੀ, ਆਪਣਾ ਸਵਾਲ ਜਿਹੜਾ ਹੈ ਉਹ ਕਿਸ ਤਰੀਕੇ ਦਾ, ਹਾਂਜੀ ਓਕੇ ਜੀ। ਤਾਂ ਆਪਾਂ ਕੁਐਸਚਨਸ ਕਰਦੇ ਹਾਂ, ਸਾਨੂੰ ਬੜੇ ਬੇਸਿਕ ਜੇ ਕੁਐਸਚਨ ਪੇਪਰ ਦੇ ਵਿੱਚ ਆ ਜਾਂਦੇ ਹੁੰਦੇ ਨੇ, ਠੀਕ ਹੈ ਜੀ। ਸੋ ਉਹਦੇ ਬੇਸਿਸ ਤੇ ਅਸੀਂ ਜਿਹੜੇ ਆਪਣੇ ਕੁਐਸਚਨਸ ਅੱਜ ਦੇ ਨੇ ਉਹ ਕਰਾਂਗੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਰੀ ਗੁੱਡ ਮਾਰਨਿੰਗ। ਜੇ ਤੁਹਾਡੀ ਕੋਈ ਜੈਨੂਇਨ ਕੁਐਰੀ ਹੈਗੀ ਆ ਤੁਸੀਂ ਉਹ ਕਰਨੀ ਹੈ ਕਲਾਸ ਦੇ ਵਿੱਚ, ਨਾ ਤਾਂ ਆਪਣਾ ਸਮਾਂ ਖਰਾਬ ਕਰਨਾ ਔਰ ਨਾ ਹੀ ਤੁਹਾਡੇ ਟੀਚਰ ਦਾ ਸਮਾਂ ਜਿਹੜਾ ਹੈਗਾ ਉਹ ਖਰਾਬ ਕਰਨਾ ਹੈਗਾ, ਠੀਕ ਹੈ। ਜੋ ਤੁਹਾਡੇ ਜੈਨੂਇਨ ਕੁਐਸਚਨਸ ਹੋਣਗੇ ਉਹ ਡੈਫੀਨੇਟਲੀ ਪੜ੍ਹ ਕੇ ਤੁਹਾਨੂੰ ਆਨਸਰਸ ਦਿੱਤੇ ਜਾਣਗੇ, ਪਰ ਜੋ ਕੁਐਸਚਨਸ ਤੁਸੀਂ ਵੈਸੇ ਹੀ ਮਤਲਬ ਹੁੰਦਾ ਨਾ ਸਵਾਦ ਲੈਣ ਦੇ ਮਾਰੇ ਆਪਾਂ ਦੇਖ ਰਹੇ ਹਾਂ ਤੇ ਆਪਾਂ ਮਤਲਬ ਚੀਜ਼ਾਂ ਨੂੰ ਵਾਰੀ ਵਾਰੀ ਕਾਊਂਟ ਕਰ ਰਹੇ ਹਾਂ, ਉਹ ਚੀਜ਼ ਨਹੀਂ ਹੋਣ ਵਾਲੀ। ਬਿਲਕੁਲ ਜੀ, ਸਾਰੇ ਬੱਚਿਆਂ ਦਾ ਆਨਸਰ ਆਉਣਾ ਸ਼ੁਰੂ ਹੋ ਗਿਆ। ਆਵਾਜ਼ ਠੀਕ ਹੈ ਹੁਣ, ਆਵਾਜ਼ ਡਨ? ਨਹੀਂ ਨਹੀਂ ਹੁਣ ਸਹੀ ਹੈ। ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਮਾਰਨਿੰਗ। ਸੋ ਬੇਸਿਕਲੀ ਆਪਾਂ ਨੂੰ ਪੁੱਛਿਆ ਗਿਆ ਪਹਿਲੇ ਕੁਐਸਚਨ ਦੇ ਵਿੱਚ ਕਿ ਹਵਾ ਦਾ ਰੰਗ ਕਿਹੜਾ ਹੁੰਦਾ ਗਾ। ਜਦੋਂ ਅਸੀਂ ਹਵਾ ਦੀ ਗੱਲ ਕਰਦੇ ਹਾਂ, ਹਵਾ ਇੱਕ ਅਜਿਹੀ ਭੌਤਿਕ ਵਸਤੂ ਹੈ ਜੋ ਕਲਰਲੈਸ ਆ, ਜਿਹਦਾ ਕੋਈ ਵੀ ਰੰਗ ਨਹੀਂ ਹੁੰਦਾ। ਪਰ ਜੇ ਆਪਾਂ ਨੂੰ ਇੱਥੇ ਕੁਐਸਚਨ ਪੁੱਛਿਆ ਜਾਂਦਾ ਕਿ ਕੀ ਹਵਾ ਦੇ ਵਿੱਚ ਭਾਰ ਹੁੰਦਾ ਹੈਗਾ, ਜਿਵੇਂ ਕਿ ਆਪਾਂ ਆਪਣੀ ਕਲਾਸ ਦੇ ਵਿੱਚ ਇੱਕ ਟੌਪਿਕ ਕੀਤਾ ਸੀਗਾ ਜਿਹੜਾ ਕਿਹਨੂੰ ਲੈ ਕੇ ਸੀਗਾ, ਵਾਯੂ ਦਾਬ ਨੂੰ ਲੈ ਕੇ ਸੀਗਾ। ਜਿਹੜਾ ਆਪਣਾ ਟੌਪਿਕ ਸੀਗਾ ਇਹ ਕਿਹਨੂੰ ਲੈ ਕੇ ਸੀ, ਵਾਯੂ ਦਾਬ ਨੂੰ ਲੈ ਕੇ ਸੀ। ਸੋ ਇੱਕ ਮਿੰਟ ਬਈ, ਪੈਨ ਲੋਡ, ਠੀਕ ਹੈ ਬਸ ਇੱਕ ਮਿੰਟ। ਹਾਂ, ਆਪਾਂ ਆਪਣੀ ਕਲਾਸ ਦੇ ਵਿੱਚ ਇੱਕ ਟੌਪਿਕ ਕੀਤਾ ਸੀਗਾ ਜਿਹੜਾ ਕਿਹਦੀ ਗੱਲ ਕਰ ਰਿਹਾ ਸੀ, ਵਾਯੂ ਦਾਬ ਦੀ ਗੱਲ ਕਰ ਰਿਹਾ ਸੀਗਾ। ਤਾਂ ਇਹ ਕਨਸੈਪਟ, ਇਹਦਾ ਤਾਂ ਮਤਲਬ ਜਿਹੜਾ ਤੁਹਾਡਾ ਕੁਐਸਚਨ ਹੈ ਤਾਂ ਬੜਾ ਨੋਰਮਲ ਜਿਹਾ ਕੁਐਸਚਨ ਹੈ ਕਿ ਹਵਾ ਦਾ ਕੋਈ ਕਲਰ ਨਹੀਂ ਹੁੰਦਾ ਗਾ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਔਰ ਤੁਸੀਂ ਸਾਰਿਆਂ ਨੇ ਜਿਹੜਾ ਆਨਸਰ ਆ ਉਹ ਕਰੈਕਟ ਦਿੱਤਾ ਹੈਗਾ। ਆਪਾਂ ਨੂੰ ਇੱਥੇ ਇੱਕ ਕੁਐਸਚਨ ਇੱਥੋਂ ਇੰਪੋਰਟੈਂਟ ਬਣਦਾ ਕਿ ਕੀ ਹਵਾ ਦੇ ਵਿੱਚ ਭਾਰ ਹੁੰਦਾ। ਬਿਲਕੁਲ, ਹਵਾ ਦੇ ਵਿੱਚ ਭਾਰ ਹੁੰਦਾ ਜਿਹਨੂੰ ਅਸੀਂ ਕੀ ਕਹਿੰਦੇ ਹਾਂ, ਵਾਯੂ ਦਾਬ ਕਹਿੰਦੇ ਹਾਂ। ਦਾਬ ਮਤਲਬ ਪ੍ਰੈਸ਼ਰ, ਦਾਬ ਉਦੋਂ ਬਣੂਗਾ, ਏਅਰ ਪ੍ਰੈਸ਼ਰ ਉਦੋਂ ਬਣੂਗਾ ਜਦੋਂ ਹਵਾ ਦੇ ਵਿੱਚ ਕੋਈ ਨਾ ਕੋਈ ਭਾਰ ਹੋਊਗਾ। ਹਵਾ ਦੇ ਵਿੱਚ ਭਾਰ ਹੋਣ ਦਾ ਬੇਸਿਕ ਕਾਰਨ ਕੀ ਹੈ ਕਿ ਉਹਦੇ ਵਿੱਚ ਜਿਹੜੇ ਵੀ ਕਣ ਹੁੰਦੇ ਨੇ, ਚਾਹੇ ਉਹ
ਨਮੀ ਦੇ ਕਣ ਨੇ, ਚਾਹੇ ਉਹ ਧੂੜ ਦੇ ਕਣ ਨੇ, ਚਾਹੇ ਉਹ ਡਸਟ ਜਾਂ ਆਪਾਂ ਕਹਿ ਲਈਏ ਕਿ ਡਸਟ ਆਰਟੀਕਲਸ ਨੇ, ਉਹਨਾਂ ਦੇ ਕਰਕੇ ਹਵਾ ਦੇ ਵਿੱਚ ਇੱਕ ਪ੍ਰੈਸ਼ਰ ਰਹਿੰਦਾ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਵਾਯੂ ਦਾਬ ਕਹਿੰਦੇ। ਠੀਕ ਹੈ, ਸੋ ਇਹਦਾ ਕਨਸੈਪਟ ਆਪਾਂ ਕਲਾਸ ਦੇ ਵਿੱਚ ਪ੍ਰੋਪਰ 3 ਲੈਕਚਰਸ ਦੇ ਵਿੱਚ ਕਲੀਅਰ ਕੀਤਾ ਹੋਇਆਗਾ, ਤਾਂ ਇੱਥੋਂ ਇਹ ਕੁਐਸਚਨ ਬੜਾ ਇੰਪੋਰਟੈਂਟ ਨਿਕਲਦਾ, ਇਹਨੂੰ ਤੁਸੀਂ ਕਵਰ ਅਪ ਕਰ ਲੈਣਾ ਹੈਗਾ। ਸੈਕਿੰਡ ਕੁਐਸਚਨ ਹੈ, ਹਵਾ ਵਿੱਚ ਕਿਸ ਗੈਸ ਦੀ ਮਾਤਰਾ ਵਧੇਰੇ ਹੁੰਦੀ ਹੈ? ਜਦੋਂ ਅਸੀਂ ਆਪਣੇ, ਦੇਖੋ ਦੋ ਚੀਜ਼ਾਂ ਨੇ, ਜਦੋਂ ਅਸੀਂ ਧਰਤੀ ਤੋਂ ਉੱਪਰ ਵੱਲ ਨੂੰ ਜਾਂਦੇ ਹਾਂ ਤਾਂ ਸਾਡੇ ਹਵਾ ਦਾ ਗਲਾਫ ਹੈ ਜਿਹਨੂੰ ਅਸੀਂ ਬੋਲਦੇ ਹਾਂ ਵਾਯੂਮੰਡਲ। ਜੇ ਅਸੀਂ ਗੱਲ ਕਰੀਏ ਧਰਤੀ ਤੋਂ ਉੱਪਰ ਵੱਲ ਜਾਂਦੇ ਹੋਏ ਸਾਨੂੰ ਪੂਰੇ ਦਾ ਪੂਰਾ ਹਵਾ ਦਾ ਗਲਾਫ ਮਿਲਦਾ ਹੈ ਜਿਹਨੂੰ ਅਸੀਂ ਕੀ ਬੋਲਦੇ ਹਾਂ? ਵਾਯੂਮੰਡਲ। ਜਿਹੜਾ ਸਾਡਾ ਵਾਯੂਮੰਡਲ ਹੈ ਇਹਦੇ ਵਿੱਚ ਕੀ ਹੈ? ਹਵਾ। ਇਹਦੇ ਵਿੱਚ ਕੀ ਹੈ? ਸਾਡੀ ਹਵਾ। ਤੇ ਇਹਦੇ ਵਿੱਚ ਪ੍ਰੋਪਰ ਤਰੀਕੇ ਨਾਲ ਕੀ ਨੇ? ਸਾਡੀਆਂ ਗੈਸਾਂ। ਜਦੋਂ ਅਸੀਂ ਹਵਾ ਦੇ ਵਿੱਚ ਗੈਸ ਦੀ ਮਾਤਰਾ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਾਰੀਆਂ ਗੈਸਾਂ ਦੀ ਕੁਆਂਟਿਟੀ ਲਿਖੀ ਸੀ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਗੈਸ ਹਵਾ ਦੇ ਵਿੱਚ ਪਾਈ ਜਾਂਦੀ ਹੈ ਉਹ ਕਿਹੜੀ ਗੈਸ ਪਾਈ ਜਾਂਦੀ ਹੈ? ਨਾਈਟ੍ਰੋਜਨ ਗੈਸ ਪਾਈ ਜਾਂਦੀ ਹੈ, ਜਿਹੜੀ ਕਿ ਲਗਭਗ 71% ਹੈ। ਤੁਸੀਂ ਇਸ ਗੈਸ ਨੂੰ ਮਾਤਰਾ ਦੇ ਨਾਲ ਯਾਦ ਰੱਖਣਾ ਹੈ। ਹਵਾ ਦੇ ਵਿੱਚ ਪਾਈ ਜਾਣ ਵਾਲੀ ਸਭ ਤੋਂ ਜ਼ਿਆਦਾ ਗੈਸ ਨਾਈਟ੍ਰੋਜਨ ਹੈ, ਜਿਹਦੀ ਮਾਤਰਾ 71% ਹੈ। ਦੂਸਰੇ ਨੰਬਰ ਤੇ ਪਾਈ ਜਾਣ ਵਾਲੀ ਗੈਸ ਆਕਸੀਜਨ ਹੈ, ਜਿਹਦੀ ਮਾਤਰਾ ਲਗਭਗ 21% ਹੈ। ਧਿਆਨ ਦੇ ਨਾਲ ਸੁਣਨਾ, ਧਿਆਨ ਦੇ ਨਾਲ ਇਹਨਾਂ ਚੀਜ਼ਾਂ ਨੂੰ ਕਵਰ ਅਪ ਕਰਨਾ ਹੈ। ਔਰ ਤੀਸਰੇ ਨੰਬਰ ਤੇ ਜੇ ਆਪਾਂ ਕਾਰਬਨ ਡਾਈਆਕਸਾਈਡ ਦੇ ਕੁਐਸਚਨ ਦੀ ਗੱਲ ਕਰੀਏ ਤਾਂ ਪਿਛਲੇ ਤੋਂ ਪਿਛਲੇ ਵਾਰੀ ਜਦੋਂ ਵੀ ਤੁਹਾਡੇ ਪ੍ਰੀਵੀਅਸ ਈਅਰ ਟੈਟ ਦੀ ਗੱਲ ਕਰਦੇ ਹਾਂ ਤਾਂ ਉੱਥੇ ਇੱਕ ਸਵਾਲ ਆਇਆ ਸੀ ਕਿ ਸਾਡੇ ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਕਿੰਨੀ ਹੈ, ਤਾਂ ਸਾਡਾ ਆਨਸਰ ਹੋਊਗਾ 0.03%। ਤਾਂ ਬੇਸਿਕਲੀ ਆਪਾਂ ਨੂੰ 3 ਹੀ ਗੈਸਸ ਬਾਰੇ ਜ਼ਿਆਦਾ ਕੁਐਸਚਨ ਪੁੱਛਿਆ ਜਾਂਦਾ ਹੈ। ਪਹਿਲਾ ਕੁਐਸਚਨ ਬਣਦਾ ਹੈ ਕਿ ਹਵਾ ਦੇ ਵਿੱਚ ਕਿਹੜੀ ਗੈਸ ਦੀ ਮਾਤਰਾ ਸਭ ਤੋਂ ਜ਼ਿਆਦਾ ਹੈ? ਆਨਸਰ ਕੀ ਆਊਗਾ? ਨਾਈਟ੍ਰੋਜਨ। ਕਿੰਨੀ ਮਾਤਰਾ ਹੈ? ਤਾਂ ਆਨਸਰ ਕੀ ਆਊਗਾ? 71%। ਦੂਜਾ ਆਪਣਾ, ਦੂਸਰਾ ਪੁਆਇੰਟ ਆਪਣਾ ਕੀ ਹੋਊਗਾ ਜੀ? ਆਕਸੀਜਨ ਦੀ ਕਿਹੜੀ ਮਾਤਰਾ ਹੈ, ਜਾਂ ਆਕਸੀਜਨ 99ਵੇਂ ਨੰਬਰ ਤੇ ਹੈ? ਦੂਸਰੇ ਨੰਬਰ ਤੇ ਆਕਸੀਜਨ ਹੈ, ਆਕਸੀਜਨ ਦੀ ਮਾਤਰਾ ਕਿੰਨੀ ਹੈ? 21%। ਤੀਜੇ ਨੰਬਰ ਤੇ ਜੇ ਆਪਾਂ ਗੱਲ ਕਰੀਏ, ਜ਼ਿਆਦਾਤਰ ਸਵਾਲ ਪੁੱਛਿਆ ਜਾਂਦਾ ਹੈ ਕਾਰਬਨ ਡਾਈਆਕਸਾਈਡ ਦਾ, ਜਿਹਦੀ ਮਾਤਰਾ ਕਿੰਨੀ ਹੈ? 0.03%। ਸੋ ਜਦੋਂ ਤੁਸੀਂ ਇੱਕ ਸਵਾਲ ਕਰਦੇ ਹੋ ਉਹਦੇ ਰਿਲੇਟਡ ਕਾਫੀ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਇੰਪੋਰਟੈਂਟਲੀ ਕਵਰ ਕਰਨੀਆਂ ਨੇ। ਹਾਂਜੀ ਬਿਲਕੁਲ ਜੀ ਬਿਲਕੁਲ, ਤਾਂ ਉਸ ਤਰੀਕੇ ਨਾਲ ਚੀਜ਼ਾਂ ਨੂੰ ਤੁਸੀਂ ਸਮਝ ਕੇ ਕਵਰ ਕਰਨਾ। ਸੋਰੀ 71 ਨਹੀਂ 78% ਸੋਰੀ ਟੂ ਸੇ 78% ਤੁਸੀਂ ਸਹੀ ਵੀ ਲਿਖ ਰਹੇ ਹੋਗੇ, ਠੀਕ ਹੈ, ਬਟ ਮੇਰੇ ਤੋਂ ਮਤਲਬ ਟੰਗ ਟਵਿਸਟ ਹੋ ਜਾਂਦਾ ਹੈ। ਅਗਲੇ ਪੁਆਇੰਟ ਤੇ ਚੱਲਦੇ ਹਾਂ, ਹਵਾ ਵਿੱਚ ਗੈਸ ਦੀ ਮੌਜੂਦਗੀ ਦੀ ਪੁਸ਼ਟੀ ਸਭ ਤੋਂ ਪਹਿਲਾਂ ਕਿਸਨੇ ਕੀਤੀ ਸੀ? ਜਦੋਂ ਅਸੀਂ ਕਿਸੇ ਵੀ ਰਿਸਰਚ ਦੀ ਗੱਲ ਕਰਦੇ ਹਾਂ, ਇਨਵੈਂਸ਼ਨ ਦੀ ਗੱਲ ਕਰਦੇ ਹਾਂ, ਜੋਗ੍ਰਾਫੀ ਦੇ ਵਿੱਚ ਸਾਨੂੰ 2 ਤਰੀਕੇ ਦਾ ਸਵਾਲ ਪੁੱਛਿਆ ਜਾਂਦਾ ਹੈ। ਇੱਕ ਤਾਂ ਸਾਨੂੰ ਕਨਸੈਪਚੁਅਲ ਕੁਐਸਚਨ ਪੁੱਛਿਆ ਜਾਂਦਾ ਹੈ। ਕਨਸੈਪਚੁਅਲ ਕੁਐਸਚਨ ਦਾ ਮਤਲਬ ਕੀ ਹੋਇਆ ਕਿ ਇੱਕ ਕਨਸੈਪਟ ਦੇ ਉੱਪਰ ਬੇਸਡ ਚੀਜ਼ਾਂ ਨੇਗੀਆਂ। ਫੋਰ ਐਗਜ਼ਾਮਪਲ ਆਪਾਂ ਆਪਣਾ ਕੀ ਪੜ੍ਹ ਰਹੇ ਹਾਂਗੇ, ਆਪਾਂ ਆਪਣਾ ਏਅਰ ਪ੍ਰੈਸ਼ਰ ਵਾਲਾ ਟੌਪਿਕ ਹੀ ਪੜ੍ਹਿਆ, ਵਾਯੂ ਦਾਬ ਵਾਲਾ ਟੌਪਿਕ ਹੀ ਪੜ੍ਹਿਆ, ਜਿਹਦੇ ਵਿੱਚ ਆਪਾਂ ਟੈਂਪਰੇਚਰ ਦਾ ਰਿਲੇਸ਼ਨ ਕੀਤਾ ਕਿ ਜਿੱਥੇ ਵਾਯੂ ਦਾਬ ਘੱਟ ਹੁੰਦਾ ਉੱਥੇ ਟੈਂਪਰੇਚਰ ਜ਼ਿਆਦਾ ਹੁੰਦਾ। ਉਹ ਇੱਕ ਕਨਸੈਪਚੁਅਲ ਚੀਜ਼ ਆ, ਉਹਨੂੰ ਤੁਹਾਨੂੰ ਸਮਝ ਕੇ ਹੀ ਆਨਸਰ ਕਰਨਾ ਪੈਣਾ। ਕੁਛ ਚੀਜ਼ਾਂ ਨੇ ਜਿਹੜੀਆਂ ਉਹ ਕੀ ਹੁੰਦੀਆਂ ਨੇ? ਫੈਕਚੁਅਲ ਹੁੰਦੀਆਂ ਨੇ, ਜਿਹਦੇ ਵਿੱਚ ਫੈਕਟ ਬੇਸਡ ਡੇਟਾ ਹੈ। ਕਿਹੜੀ ਖੋਜ ਕਿਹਨੇ ਕੀਤੀ ਹੈ, ਇਹਦੀ ਸਟੱਡੀ ਨੂੰ ਕੀ ਕਹਿੰਦੇ ਆ? ਜੋਗ੍ਰਾਫੀ ਦੇ ਵਿੱਚ 70% ਡੇਟਾ ਜਿਹੜਾ ਹੈਗਾ ਉਹ ਫੈਕਚੁਅਲ ਸਟੱਡੀ ਦਾ ਹੈਗਾ। ਸੋ ਇਸ ਤਰੀਕੇ ਦੇ ਸਵਾਲ ਜਿਹੜੇ ਤੁਹਾਡੇ ਪ੍ਰੀਵੀਅਸ ਈਅਰ ਕੁਐਸਚਨ ਮਤਲਬ ਪੰਜਾਬ ਦੇ ਕਿਸੇ ਪੇਪਰ ਦੇ ਵਿੱਚ ਪੁੱਛੇ ਗਏ ਨੇ, ਆਪਾਂ ਉਹਨਾਂ ਨੂੰ ਰਿਵੀਜ਼ਨ ਦੇ ਥਰੂ ਲੈ ਕੇ ਆਉਣਾ ਹੈਗਾ। ਜੇ ਅਸੀਂ ਗੱਲ ਕਰੀਏ ਤਾਂ ਜੀ ਜਿਹੜਾ ਹਵਾ ਦੇ ਵਿੱਚ ਗੈਸ ਦੀ ਮੌਜੂਦਗੀ, ਕਿ ਜਿਹੜੀ ਸਾਡੀ ਏਅਰ ਆ, ਜਿਹੜੀ ਸਾਡੀ ਹਵਾ ਉਹਦੇ ਵਿੱਚ ਗੈਸ ਹੁੰਦੀ ਹੈ, ਇਹਦੀ ਮੌਜੂਦਗੀ ਦੀ ਪੁਸ਼ਟੀ ਕਿਹਨੇ ਕੀਤੀ ਹੈ? ਐਂਟਨੀ ਲਾਵੂਜ਼ੀਅਰ ਨੇ ਕੀਤੀ ਹੈ।
ਉਹਨੇ ਕਿਹਾ ਕਿ ਹਵਾ ਦੇ ਵਿੱਚ ਗੈਸ ਹੈ, ਤੇ ਫਿਰ ਇਸ ਤੋਂ ਬਾਅਦ ਫਿਰ ਪੁਸ਼ਟੀ ਹੋਈ ਕਿ ਭਾਈ ਜਿਹੜੀ ਨਾਈਟ੍ਰੋਜਨ ਉਹ 78% ਹੈ, ਜਿਹੜੀ ਆਕਸੀਜਨ ਉਹ 21% ਹੈ, ਜਿਹੜੀ ਕਾਰਬਨ ਡਾਈਆਕਸਾਈਡ ਉਹ 0.03% ਹੈ। ਇਹ ਚੀਜ਼ਾਂ ਦੀ ਪੁਸ਼ਟੀ ਕਿਹੜੀ ਰਿਸਰਚ ਦੇ ਜਾਂ ਕਿਹਦੀ ਰਿਸਰਚ ਦੇ ਉੱਪਰ ਹੋਈ ਸੀ? ਐਂਟਨੀ ਲਾਵੂਜ਼ੀਅਰ ਦੀ ਰਿਸਰਚ ਦੇ ਉੱਪਰ ਹੋਈ ਸੀ, ਜਿਹਦੇ ਬੇਸਿਸ ਤੇ ਦੱਸਿਆ ਗਿਆ ਕਿ ਹਵਾ ਦੇ ਵਿੱਚ ਵੀ ਕੀ ਹੁੰਦਾ ਹੈਗਾ, ਗੈਸ ਹੁੰਦਾ ਹੈਗਾ। ਕੀ ਹੋ ਗਿਆ ਬਾਈ, ਕੀ ਕਰੀ ਜਾਂਦੇ ਹੋ? ਕਾਲ ਕਰੋ ਯਾਰ, ਕਾਲ ਕਰੋ, ਕੀ ਕੁਆਰੀਜ਼ ਨੇ ਤੁਹਾਡੀਆਂ, ਕਾਲ ਕਰ ਲਓ। ਐਪ ਤੇ ਯੂਟਿਊਬ ਤੇ 2-4 ਦਿਨ ਕਲਾਸ ਹੀ ਰਹੂਗੀ, ਯੂਟਿਊਬ ਤੇ ਬਾਲਾ ਦਿਨ ਕਲਾਸ ਨਹੀਂ ਜਾਂਦੀ ਹੈਗੀ, ਯੂਟਿਊਬ ਤੇ ਜਸਟ ਇੱਕ ਡੈਮੋ ਪਰਪਸ ਤੋਂ ਕਲਾਸ ਹੁੰਦੀ ਹੈ, ਐਪ ਤੇ ਹੀ ਕਲਾਸ ਸ਼ਿਫਟ ਹੋਊਗੀ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਜੀ ਆਪਣਾ, ਤੁਸੀਂ ਨਾ ਅਸਲ ਦੇ ਵਿੱਚ ਮਤਲਬ ਵੀ ਬੇਕਾਰ ਜੇ ਕੁਐਸਚਨ ਤੇ ਜਮਾ ਇੰਨਾ ਸਮਾਂ ਖਰਾਬ ਕਰਦੇ ਹੋ, ਫਿਰ ਤੁਸੀਂ ਕਹਿੰਦੇ ਹੋ ਤੁਸੀਂ ਯਾਰ ਟਾਈਮ ਕੱਢ ਕੇ ਇੱਥੇ ਆਈਦਾ ਔਰ ਤੁਹਾਨੂੰ ਪੜ੍ਹਾਈਦਾ, ਤੁਸੀਂ ਪੜ੍ਹ ਹੀ ਨਹੀਂ ਰਹੇ, ਤੁਹਾਡਾ ਹੋਰ ਹੀ ਆਪਣੀ ਮੁੱਦੇ ਚੱਲ ਰਹੇ ਨੇ, ਪਤਾ ਨਹੀਂ ਕਿਹੜੇ। ਹਵਾ ਦੇ ਵਿੱਚ ਆਕਸੀਜਨ ਦੀ ਮਾਤਰਾ ਕਿੰਨੀ ਹੈ, ਆਪਾਂ ਹੁਣੇ ਪੜ੍ਹ ਕੇ ਹਟੇ ਕਿ ਹਵਾ ਵਿੱਚ ਆਕਸੀਜਨ ਦੀ ਮਾਤਰਾ ਕਿੰਨੀ ਹੈ, 21%। ਕਿੰਨੀ ਆਕਸੀਜਨ ਦੀ ਮਾਤਰਾ ਹੈ? 21%। ਨਾਈਟ੍ਰੋਜਨ ਦੀ ਕਿੰਨੀ ਮਾਤਰਾ? 78%। ਕਾਰਬਨ ਡਾਈਆਕਸਾਈਡ ਦੀ ਕਿੰਨੀ ਮਾਤਰਾ? 0.03%। ਸਭ ਤੋਂ ਜ਼ਿਆਦਾ ਮਾਤਰਾ 'ਚ ਕਿਹੜੀ ਪਾਈ ਜਾਂਦੀ ਹੈ? ਨਾਈਟ੍ਰੋਜਨ। ਤਾਂ ਇਹਨਾਂ ਸਵਾਲਾਂ ਦਾ ਖਿਆਲ ਰੱਖਣਾ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ, ਧਰਤੀ ਦੇ ਤਲ ਤੋਂ ਵਾਯੂਮੰਡਲ ਦਾ ਵਿਸਥਾਰ ਕਿੰਨਾ ਹੈ? ਤਾਂ ਆਪਣੇ ਕੋਲ ਇੱਕ ਕੁਐਸਚਨ ਆਇਆ ਅਬਾਊਟ ਵਾਯੂਮੰਡਲ, ਇਹਦੇ ਕਨਸੈਪਟ ਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਸਮਝਣਾ ਹੈ। ਜਦੋਂ ਅਸੀਂ ਆਪਣੀ ਅਰਥ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਆਪਣੀ ਧਰਤੀ ਦੀ ਗੱਲ ਕਰਦੇ ਹਾਂ, ਤਾਂ ਸਾਡੇ 3 ਮੰਡਲ ਨੇ, ਇੱਕ ਸਾਡਾ ਕੀ ਹੈ? ਜਲ ਮੰਡਲ। ਇੱਕ ਸਾਡਾ ਕੀ ਹੈਗਾ? ਜਲ ਮੰਡਲ ਹੈ। ਦੂਸਰਾ ਸਾਡਾ ਕੀ ਹੈ? ਇੱਕ ਸਾਡਾ ਕੀ ਹੈ? ਜਲ ਮੰਡਲ ਹੈ। ਦੂਸਰਾ ਸਾਡਾ ਕੀ ਹੈ? ਥਲ ਮੰਡਲ। ਦੂਸਰਾ ਕੀ ਹੈ ਸਾਡਾ? ਥਲ ਮੰਡਲ ਹੈ। ਔਰ ਤੀਸਰਾ ਸਾਡਾ ਕੀ ਹੈ? ਵਾਯੂ ਮੰਡਲ ਹੈ। ਜਿਹੜੀ ਤੁਹਾਡੀ ਜੋਗ੍ਰਾਫੀ ਹੈ, ਜਿਹੜੀ ਤੁਹਾਡੀ ਫਿਜ਼ੀਕਲ ਜੋਗ੍ਰਾਫੀ ਹੈ, ਉਹਦੇ ਵਿੱਚ ਬਹੁਤ ਬੇਸਿਕ ਤੇ ਇੰਪੋਰਟੈਂਟ ਟੌਪਿਕ ਬਣਦਾ। ਜਦੋਂ ਅਸੀਂ ਮੰਡਲਾਂ ਦੀ ਗੱਲ ਕਰਦੇ ਹਾਂ, ਸਾਡੀ ਧਰਤੀ ਦੇ ਉੱਪਰ ਕਿੰਨੇ ਮੰਡਲ ਨੇ? 3 ਮੰਡਲ ਨੇ। ਜਲ ਮੰਡਲ ਆ, ਥਲ ਮੰਡਲ ਹੈ, ਵਾਯੂ ਮੰਡਲ ਹੈ। ਜੇ ਅਸੀਂ ਆਪਣੀ ਅਰਥ ਨੂੰ ਟੋਟਲ 100% ਮੰਨੀਏ, ਤਾਂ ਅਰਥ ਦੇ ਉੱਪਰ ਜਲ ਮੰਡਲ ਜਿਹੜਾ ਹੈਗਾ ਉਹ ਲਗਭਗ 71% ਹੈ, ਜਿਹਨੂੰ ਅਸੀਂ ਕੀ ਬੋਲ ਦਿੰਦੇ ਹਾਂ? 2/3 ਹਿੱਸਾ ਹੈ। ਮਤਲਬ ਸਾਡੀ ਧਰਤੀ ਦੇ ਲਗਭਗ 2/3 ਹਿੱਸੇ ਤੇ ਪਾਣੀ ਹੀ ਪਾਣੀ ਹੈ। ਜੇ ਆਪਾਂ ਗੱਲ ਕਰੀਏ, ਇਹਨੂੰ ਅਸੀਂ ਜਿਹੜਾ ਸਾਡਾ ਜਲ ਮੰਡਲ ਬਾਡੀ ਹੈ, ਇਹਨੂੰ ਅਸੀਂ 5 ਮਹਾਸਾਗਰਾਂ ਦੇ ਰੂਪ ਦੇ ਵਿੱਚ ਪੜ੍ਹਦੇ ਹਾਂ। ਥਲ ਮੰਡਲ ਦਾ ਹਿੱਸਾ ਕਿੰਨਾ? ਟੋਟਲ 29% ਹੈ। ਥਲ ਮੰਡਲ ਮਤਲਬ ਕੋਈ ਜ਼ਮੀਨੀ ਹਿੱਸਾ, ਕੋਈ ਪਹਾੜ ਹੋ ਗਏ, ਮੈਦਾਨ ਹੋ ਗਏ, ਪਰਬਤ ਹੋ ਗਏ, ਖਾਈਆਂ ਹੋ ਗਈਆਂ, ਜਿੱਥੇ ਕਿਤੇ ਨਾ ਕਿਤੇ ਜ਼ਮੀਨ ਮਿਲਦੀ ਹੈ, ਥਲ ਮਿਲਦਾ, ਉਹਨੂੰ ਅਸੀਂ ਕੀ ਬੋਲਦੇ ਹਾਂ? ਥਲ ਮੰਡਲ। ਥਲ ਮੰਡਲ ਦੀ ਮਾਤਰਾ ਕਿੰਨੀ ਹੈ? 29%। ਥਲ ਮੰਡਲ ਨੂੰ ਆਪਾਂ ਟੋਟਲ ਕਿੰਨੇ ਮਹਾਂਦੀਪਾਂ ਵਿੱਚ ਵੰਡਿਆ ਹੋਇਆ, ਕਿੰਨੇ ਕੰਟੀਨੈਂਟ ਦੇ ਵਿੱਚ ਵੰਡਿਆ ਹੋਇਆ ਹੈਗਾ? 7 ਕੰਟੀਨੈਂਟ ਦੇ ਵਿੱਚ। ਸਭ ਤੋਂ ਪਹਿਲਾਂ ਏਸ਼ੀਆ, ਫਿਰ ਅਫਰੀਕਾ, ਫਿਰ ਉੱਤਰੀ ਅਮਰੀਕਾ, ਫਿਰ ਦੱਖਣੀ ਅਮਰੀਕਾ, ਫਿਰ ਯੂਰਪ, ਫਿਰ ਆਸਟ੍ਰੇਲੀਆ, ਫਿਰ ਅੰਟਾਰਕਟਿਕਾ। ਇਹ ਸਾਰੀਆਂ ਚੀਜ਼ਾਂ ਨਾਲ ਦੀ ਨਾਲ ਰਿਵਾਈਜ਼ ਅਪ ਕਰਨੀਆਂ ਨੇ। ਤੇ ਤੀਸਰਾ ਸਾਡਾ ਕੀ ਆ ਗਿਆ? ਵਾਯੂ ਮੰਡਲ। ਵਾਯੂ ਮਤਲਬ ਹਵਾ। ਜਦੋਂ ਅਸੀਂ ਧਰਤੀ ਤੋਂ ਉੱਪਰ ਵੱਲ ਨੂੰ ਜਾਂਦੇ ਹਾਂ, ਤਾਂ ਹਵਾ ਦਾ ਗਲਾਫ ਹੈ, ਜਿਹਨੂੰ ਅਸੀਂ ਵਾਯੂ ਮੰਡਲ ਕਹਿੰਦੇ ਹਾਂ। ਵਾਯੂ ਮੰਡਲ ਨੂੰ ਅਸੀਂ ਟੋਟਲ ਕਿੰਨੀਆਂ ਪਰਤਾਂ ਵਿੱਚ ਵੰਡਿਆ ਹੋਇਆ? 5 ਪਰਤਾਂ ਦੇ ਵਿੱਚ ਵੰਡਿਆ ਹੋਇਆ ਹੈਗਾ। ਜਿਹੜੀ ਸਾਡੀ ਸਭ ਤੋਂ ਹੇਠਲੀ ਪਰਤ ਆ, ਉਹਨੂੰ ਅਸੀਂ ਕਹਿੰਦੇ ਹਾਂ ਅਸ਼ਾਂਤ ਮੰਡਲ। ਉਸ ਤੋਂ ਬਾਅਦ ਦੂਸਰੀ ਪਰਤ ਨੂੰ ਕਹਿੰਦੇ ਹਾਂ ਅਸੀਂ ਸੰਤਾਪ ਮੰਡਲ। ਉਸ ਤੋਂ ਬਾਅਦ ਤੀਸਰੀ ਪਰਤ ਨੂੰ ਅਸੀਂ ਕਹਿੰਦੇ ਹਾਂ ਮੱਧਵਰਤੀ ਮੰਡਲ। ਉਸ ਤੋਂ ਬਾਅਦ ਚੌਥੀ ਪਰਤ ਨੂੰ ਅਸੀਂ ਕਹਿੰਦੇ ਹਾਂ ਆਇਨ ਮੰਡਲ, ਤੇ ਉਸ ਤੋਂ ਬਾਅਦ 5ਵੀਂ ਪਰਤ ਨੂੰ ਅਸੀਂ ਕਹਿੰਦੇ ਹਾਂ ਵਾਰੀ ਮੰਡਲ। ਇਹ ਚੀਜ਼ਾਂ ਆਪਾਂ ਨੇ ਫੁੱਲ ਡਿਟੇਲ ਦੇ ਵਿੱਚ ਕਵਰ ਕੀਤੀਆਂ ਨੇ, ਔਰ ਇਹਨਾਂ ਨੂੰ ਤੁਸੀਂ ਫੁੱਲ ਡਿਟੇਲ ਦੇ ਵਿੱਚ ਹੀ ਕਵਰ ਕਰਨਾ ਹੈਗਾ, ਠੀਕ ਹੈ ਜੀ। ਬਿਲਕੁਲ ਜੀ, ਬਿਲਕੁਲ, ਬਹੁਤ ਅੱਛੇ ਬੱਚਿਆਂ ਦੇ ਆਲਮੋਸਟ ਕੁਐਸਚਨਸ ਨੇ ਜਿਹੜੇ ਉਹ ਸਹੀ ਨੇ। ਬਿਲਕੁਲ ਜੀ, 5 ਪਰਤਾਂ ਦੇ ਵਿੱਚ ਵੰਡਿਆ ਹੋਇਆ ਹੈਗਾ। ਪਰਤਾਂ ਦੇ ਕੁਐਸਚਨਸ ਵੀ ਇਸੇ ਟੌਪਿਕ ਦੇ ਵਿੱਚ ਮਿਲਣਗੇ ਤੁਹਾਨੂੰ। ਸੋ ਆਪਣਾ ਸਵਾਲ ਕਿਸ ਤਰੀਕੇ ਦਾ ਸੀ? ਆਪਣਾ ਸਵਾਲ ਸੀ ਕਿ ਧਰਤੀ ਦੇ ਤਲ ਤੋਂ, ਫੋਰ ਐਗਜ਼ਾਮਪਲ, ਆਪਾਂ ਇਸ ਬੇਸ ਨੂੰ
ਮੰਨਦੇ ਹਾਂ, ਅਰਥ ਮੰਨਦੇ ਹਾਂ। ਫੋਰ ਐਗਜ਼ਾਮਪਲ ਆਪਾਂ ਇਸ ਬੇਸ ਨੂੰ ਕੀ ਮੰਨਦੇ ਹਾਂ, ਧਰਤੀ ਮੰਨਦੇ ਹਾਂ। ਧਰਤੀ ਤੋਂ ਜਦੋਂ ਅਸੀਂ ਉੱਪਰ ਵੱਲ ਨੂੰ ਜਾਂਦੇ ਹਾਂ ਤਾਂ ਜਿਹੜਾ ਸਾਡਾ ਵਾਯੂ ਮੰਡਲ ਹੈ, ਜਿਹੜਾ ਸਾਡਾ ਹਵਾ ਦਾ ਵਿਸਥਾਰ ਹੈ, ਇਹ ਲਗਭਗ ਕਿੰਨੇ ਕਿਲੋਮੀਟਰ ਤੱਕ ਹੈ? ਇਹ ਲਗਭਗ ਮਿਲੂਗਾ ਸਾਨੂੰ 1000 ਕਿਲੋਮੀਟਰ ਤੱਕ। ਇਹ ਚੀਜ਼ ਯਾਦ ਰੱਖਿਓ। ਵੈਸੇ ਤਾਂ ਬੜਾ ਕਾਮਨ ਜਿਹਾ ਕੁਐਸਚਨ ਹੈ, ਬੜਾ ਹੀ ਆਸਾਨ ਜਿਹਾ ਕੁਐਸਚਨ ਹੈ ਕਿ ਜਦੋਂ ਧਰਤੀ ਤੋਂ ਉੱਪਰ ਵੱਲ ਨੂੰ ਜਾਂਦੇ ਹਾਂ ਤਾਂ ਟੋਟਲ ਕਿੰਨੇ ਕਿਲੋਮੀਟਰ ਦਾ ਜਿਹੜਾ ਹੈਗਾ ਹਾਈਟ ਦੇ ਉੱਪਰ ਸਾਨੂੰ ਵਾਯੂ ਮੰਡਲ ਦਾ ਵਿਸਥਾਰ ਮਿਲਦਾ ਹੈ 1000 ਕਿਲੋਮੀਟਰ, ਔਰ ਟੋਟਲ ਕਿੰਨੀਆਂ ਪਰਤਾਂ ਨੇ? ਕਿੰਨੀਆਂ ਪਰਤਾਂ ਨੇ? 5 ਪਰਤਾਂ। ਇੱਕ 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 ਪਰਤ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਨੇ। ਬੱਚਿਆਂ ਨੂੰ ਲੱਗਦਾ ਕਿ ਸਭ ਤੋਂ ਹੇਠਲੀ ਪਰਤ ਜਿਹੜੀ ਹੈਗੀ ਉਹ ਪਹਿਲੀ ਪਰਤ ਹੈ। ਉਹ ਯਾਦ ਇਸ ਤਰੀਕੇ ਨਾਲ ਨਹੀਂ ਕਰਨਾ। ਪਹਿਲੀ ਪਰਤ ਉਹ ਹੋਊਗੀ ਜਿਹੜੀ ਸਭ ਤੋਂ ਉੱਪਰ ਵਾਲੀ ਪਰਤ ਹੋਊਗੀ, ਔਰ ਜਿਹੜੀ ਸਭ ਤੋਂ ਹੇਠਲੀ ਪਰਤ ਹੋਊਗੀ ਉਹ ਧਰਤੀ ਦੇ ਨਾਲ ਪਹਿਲੀ ਹੋਊਗੀ, ਨਾ ਕਿ ਵਾਯੂ ਮੰਡਲ ਦੀ ਪਹਿਲੀ ਪਰਤ ਹੋਊਗੀ। ਸੋ ਇਸ ਤਰੀਕੇ ਦੇ ਸਵਾਲਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਆਪਾਂ ਕੀ ਕਰਨਾ ਹੈ ਜੀ, ਕਵਰ ਅਪ ਕਰਨਾ ਹੈਗਾ। ਹਾਂਜੀ, ਕਲੀਅਰ ਹੋ ਗਿਆ ਸਾਰੇ ਬੱਚਿਆਂ ਨੂੰ? ਅਗਲਾ ਕੁਐਸਚਨ ਜੀ ਤੁਹਾਡੀ ਸਕਰੀਨ ਦੇ ਉੱਪਰ ਹੈ, ਕਿਹੜੀ ਪਰਤ ਵਾਯੂ ਮੰਡਲ ਦੀ ਨਹੀਂ ਹੈ? ਹੁਣੇ ਹੁਣੇ ਆਪਾਂ ਨੇ 5 ਪਰਤਾਂ ਦਾ ਨਾਮ ਲਿਆ, ਉਹ 5 ਦੇ ਵਿੱਚੋਂ ਜਿਹੜੀ ਇੱਕ ਪਰਤ ਨਹੀਂ ਹੈ ਉਹ ਆਪਾਂ ਦੇਖਣੀ ਹੈ। ਟ੍ਰੋਪੋਸਫੀਅਰ ਹੈਗੀ ਹੈ, ਥਰਮੋਸਫੀਅਰ ਹੈਗੀ ਹੈ, ਮੀਜ਼ੋਸਫੀਅਰ ਹੈਗੀ ਹੈ, ਮੈਟਾਸਫੀਅਰ ਪਰਤ ਜਿਹੜੀ ਹੈਗੀ ਉਹ ਨਹੀਂ ਹੈ। ਟ੍ਰੋਪੋਸਫੀਅਰ ਦਾ ਮਤਲਬ ਕੀ ਹੈਗਾ ਜੀ ਸਾਡਾ? ਟ੍ਰੋਪੋਸਫੀਅਰ ਦਾ ਮਤਲਬ ਕੀ ਹੈ? ਸਾਡਾ ਅਸ਼ਾਂਤ ਮੰਡਲ। ਥਰਮੋਸਫੀਅਰ ਦਾ ਮਤਲਬ ਕੀ ਹੈ ਸਾਡਾ? ਇਹ ਸਾਰੀਆਂ ਲੇਅਰਸ ਮੈਂ ਤੁਹਾਨੂੰ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਪੜ੍ਹਾਈਆਂ ਹੋਈਆਂ ਨੇ, ਤੋਂ ਇਹਨਾਂ ਨੂੰ ਤੁਸੀਂ ਦੋਵੇਂ ਹੀ ਤਰੀਕੇ ਨਾਲ ਕਵਰ ਅਪ ਕਰਨਾ। ਕਈ ਵਾਰੀ ਐਗਜ਼ਾਮਿਨਰ ਤੁਹਾਡੀ ਕਿਸੇ ਵੀ ਲੇਅਰ ਨੂੰ ਇੰਗਲਿਸ਼ ਦੇ ਵਿੱਚ ਵੀ ਪਾ ਕੇ ਪੁੱਛ ਲੈਂਦਾ ਹੈਗਾ, ਠੀਕ ਹੈ? ਸੋ ਇਹਨਾਂ ਸਾਰੀਆਂ ਲੇਅਰਸ ਨੂੰ ਕਵਰ ਅਪ ਕਰੋ। ਆਨਸਰ ਬਿਲਕੁਲ ਡੀ ਹੈ ਜੀ। ਜਿਹੜੇ ਬੱਚੇ, ਹਾਂਜੀ ਕਰਵਾਈ ਹੈ ਜੀ, ਹਾਈਟ ਕਰਵਾਈ ਹੈ ਪਰਤਾਂ ਦੀ, ਡੈਫੀਨੇਟਲੀ ਇਹ ਰਿਵੀਜ਼ਨ ਹੈ ਜਸਟ। ਇਹਦੇ ਵਿੱਚ ਤੁਸੀਂ ਡਿਟੇਲ ਦੇ ਵਿੱਚ ਤੁਸੀਂ ਕਰਨਾ ਤਾਂ ਤੁਹਾਡੇ ਕੋਲ ਰਿਵੀਜ਼ਨ ਬੈਚ ਦੇ ਵਿੱਚ ਟੌਪਿਕ ਵਾਈਜ਼ ਸਾਰਾ ਕੁਝ ਰਿਕਾਰਡ ਕੀਤਾ ਹੋਇਆ ਹੈਗਾ। ਜੇ ਆਪਾਂ ਇੱਕ ਇੱਕ ਟੌਪਿਕ ਇੱਥੇ ਇੰਨਾ ਡਿਟੇਲ 'ਚ ਕਰਨ ਲੱਗ ਗਏ ਤਾਂ ਫਿਰ ਆਪਣੀ ਰਿਵੀਜ਼ਨ ਨਹੀਂ ਹੋਣੀ ਹੈਗੀ। ਵੀ ਜਸਟ ਹੈਵ 10 to 12 days ਵਰਕਿੰਗ, ਹੈ ਨਾ? ਅਗਲਾ ਪੁਆਇੰਟ ਹੈ, ਓਜ਼ੋਨ ਪਰਤ ਵਾਯੂ ਮੰਡਲ ਦੀ ਕਿਹੜੀ ਪਰਤ ਦੇ ਵਿੱਚ ਪਾਈ ਜਾਂਦੀ ਹੈ? ਹੁਣ ਸਾਡੇ ਇੱਕ ਸਵਾਲ ਇਸ ਤਰੀਕੇ ਦਾ ਬਣਨਾ ਹੀ ਬਣਨਾ ਵਾਯੂ ਮੰਡਲ ਦੇ ਵਿੱਚੋਂ, ਜਿਵੇਂ ਕਿ ਆਪਾਂ ਨੇ ਪੜ੍ਹਿਆ ਹੈ ਕਿ ਸਾਡੀ ਸਭ ਤੋਂ ਹੇਠਲੀ ਪਰਤ ਕਿਹੜੀ ਹੈ? ਅਸ਼ਾਂਤ ਮੰਡਲ। ਇਹਦੇ ਵਿੱਚ ਇੱਕ ਸਵਾਲ ਪੁੱਛਿਆ ਜਾਂਦਾ ਹੁੰਦਾ ਹੈ ਕਿ ਧਰਤੀ ਦੇ ਉੱਪਰ ਜੋ ਵੀ ਮੀਂਹ ਆ ਰਿਹਾ, ਜੋ ਵੀ ਹਨੇਰੀ ਆ ਰਹੀ ਹੈ, ਜੋ ਵੀ ਤੂਫਾਨ ਆ ਰਿਹਾ ਹੈ, ਉਹ ਕਿਹੜੀ ਪਰਤ ਦੇ ਵਿੱਚ ਆਉਂਦਾ? ਤਾਂ ਉਹ ਕਿਹੜੀ ਪਰਤ ਦੇ ਵਿੱਚ ਆਉਂਦਾ? ਅਸ਼ਾਂਤ ਮੰਡਲ। ਜਾਂ ਫਿਰ ਪੁੱਛ ਲਿਆ ਜਾਂਦਾ ਹੈ ਕਿ ਮੌਸਮ ਸੰਬੰਧੀ ਕਿਰਿਆਵਾਂ ਧਰਤੀ ਦੀ ਕਿਹੜੀ ਪਰਤ ਵਿੱਚ ਹੁੰਦੀਆਂ ਨੇ? ਤਾਂ ਸਾਡਾ ਆਨਸਰ ਆਊਗਾ ਅਸ਼ਾਂਤ ਮੰਡਲ। ਅਸ਼ਾਂਤ ਮੰਡਲ ਤੋਂ ਉੱਪਰ ਵਾਲਾ ਜਿਹੜਾ ਹੈ ਉਹ ਹੈ ਜੀ ਸਾਡਾ ਸੰਤਾਪ ਮੰਡਲ, ਜਿਹਦੇ ਰਿਲੇਟਡ 2 ਪੁਆਇੰਟ ਕਾਫੀ ਜ਼ਿਆਦਾ ਇੰਪੋਰਟੈਂਟ ਨੇ। ਪਹਿਲਾ ਪੁਆਇੰਟ ਤਾਂ ਇਹ ਕਿ ਜਿਹੜੇ ਸਾਡੇ ਹਵਾਈ ਜਹਾਜ਼ ਉੱਡਦੇ ਨੇ ਉਹ ਕਿਹੜੇ ਮੰਡਲ ਦੇ ਵਿੱਚ ਉੱਡਦੇ ਨੇ? ਹਵਾਈ ਜਹਾਜ਼ ਫਲਾਈ ਕਿਹੜੇ ਮੰਡਲ ਦੇ ਵਿੱਚ ਕਰਦੇ ਨੇ? ਸਾਡਾ ਆਨਸਰ ਕੀ ਆਊਗਾ? ਸੰਤਾਪ ਮੰਡਲ। ਦੂਸਰਾ ਸਵਾਲ ਇੱਥੇ ਪੁੱਛਿਆ ਜਾਂਦਾ ਹੈ ਕਿ ਜਿਹੜੀ ਸਾਡੀ ਓਜ਼ੋਨ ਪਰਤ ਹੈ, ਓਜ਼ੋਨ ਪਰਤ ਮਤਲਬ ਜੋ ਸਾਨੂੰ ਹਾਨੀਕਾਰਕ ਕਿਰਨਾਂ ਤੋਂ ਬਚਾਉਂਦੀ ਹੈ, ਜੋ ਸਾਨੂੰ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਕਿਹੜੀਆਂ ਕਿਰਨਾਂ ਤੋਂ ਬਚਾਉਂਦੀ ਹੈ? ਪਰਾਬੈਂਗਣੀ ਕਿਰਨਾਂ ਤੋਂ। ਕਿਹੜੀਆਂ ਕਿਰਨਾਂ ਤੋਂ ਸਾਡੀ ਸੁਰੱਖਿਆ ਕਰਦੀ ਹੈ ਓਜ਼ੋਨ ਪਰਤ? ਪਰਾਬੈਂਗਣੀ ਕਿਰਨਾਂ ਤੋਂ, ਜਿਹਨੂੰ ਤੁਸੀਂ ਅਲਟਰਾ ਵਾਇਲਟ ਰੇਜ਼ ਕਹਿ ਦਿੰਦੇ ਹੋ ਜਾਂ ਅਲਟਰਾ ਵਾਇਲਟ ਰੇਜ਼ ਕਹਿੰਦੇ ਹੋ, ਠੀਕ ਹੈ? ਸੋ ਓਜ਼ੋਨ ਪਰਤ ਕਿਹੜੇ ਮੰਡਲ ਦੇ ਵਿੱਚ ਪਾਈ ਜਾਂਦੀ ਹੈ? ਸੰਤਾਪ ਮੰਡਲ ਦੇ ਵਿੱਚ ਪਾਈ ਜਾਂਦੀ ਹੈ। ਇਹੀ ਕਾਰਨ ਹੈ ਕਿ ਜਦੋਂ ਅਸੀਂ ਸੰਤਾਪ ਮੰਡਲ ਦੇ ਵਿੱਚ ਉਚਾਈ ਦੇ ਨਾਲ ਚੱਲਦੇ ਹਾਂ ਤਾਂ ਜਿਹੜਾ ਸਾਡਾ ਟੈਂਪਰੇਚਰ ਹੈ, ਤਾਪਮਾਨ ਹੈ,
ਇਹ ਹਾਈਟ ਦੇ ਨਾਲ ਕੀ ਹੁੰਦਾ ਹੈ, ਵੱਧਦਾ ਹੈ? ਇੱਕ ਕੁਐਸਚਨ ਬਹੁਤ ਇੰਪੋਰਟੈਂਟ, ਆਪਾਂ ਆਪਣੀ ਕਲਾਸ ਦੇ ਵਿੱਚ ਵੀ ਫੋਲੋ ਕੀਤਾ ਸੀ ਕਿ ਜਦੋਂ ਵੀ ਤੁਸੀਂ ਕਿਸੇ ਪਰਤ ਦੇ ਵਿੱਚ ਐਂਟਰ ਕਰਦੇ ਹੋ ਤਾਂ ਤੁਹਾਡੇ ਟੈਂਪਰੇਚਰ ਤੇ ਕੀ ਪ੍ਰਭਾਵ ਪੈ ਰਿਹਾ ਹੈ? ਇਹ ਕੁਐਸਚਨ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਜੇ ਤਾਂ ਅਸੀਂ ਅਸ਼ਾਂਤ ਮੰਡਲ ਦੀ ਗੱਲ ਕਰੀਏ, ਅਸ਼ਾਂਤ ਮੰਡਲ ਦੇ ਵਿੱਚ ਜਿਵੇਂ ਅਸੀਂ ਹਾਈਟ ਦੇ ਨਾਲ ਉੱਪਰ ਵੱਲ ਨੂੰ ਜਾਂਦੇ ਹਾਂ ਤਾਂ ਟੈਂਪਰੇਚਰ ਕੀ ਹੁੰਦਾ ਹੈ? ਡਾਊਨ ਹੁੰਦਾ ਹੈ। ਹੁਣ ਜਿਵੇਂ ਆਪਾਂ ਪਹਾੜਾਂ ਤੇ ਚਲੇ ਜਾਈਏ, ਜਿਵੇਂ ਆਪਾਂ ਸ਼ਿਮਲੇ ਚਲੇ ਜਾਈਏ ਜਾਂ ਆਪਾਂ ਕੁੱਲੂ ਮਨਾਲੀ ਚਲੇ ਜਾਈਏ, ਤਾਂ ਆਪਾਂ ਕਿਹੜੇ ਮੰਡਲ ਦੇ ਵਿੱਚ ਆ? ਅਸ਼ਾਂਤ ਮੰਡਲ। ਤਾਂ ਹੀ ਜਾ ਕੇ ਜਿਵੇਂ ਜਿਵੇਂ ਆਪਾਂ ਪਹਾੜਾਂ ਤੇ ਜਾਈ ਜਾਂਦੇ ਆ, ਹਾਈਟ ਵਧੀ ਜਾਂਦੀ ਹੈ ਔਰ ਟੈਂਪਰੇਚਰ ਕੀ ਹੁੰਦਾ ਹੈ? ਘਟੀ ਜਾਂਦਾ ਹੈ। ਦੂਜਾ ਮੰਡਲ ਜਿਹੜਾ ਸਮਤਾਪ ਮੰਡਲ ਹੈ, ਇਹਦੇ ਵਿੱਚ ਟੈਂਪਰੇਚਰ ਵਿਦ ਹਾਈਟ ਵੱਧਦਾ, ਇਨਕਰੀਜ਼ ਹੁੰਦਾ। ਕਾਰਨ ਕੀ ਹੈ? ਇੱਕਦਮ ਇਨਕਰੀਜ਼ ਕਿਉਂ ਹੁੰਦਾ ਟੈਂਪਰੇਚਰ, ਵੱਧਦਾ ਕਿਉਂ ਹੈ ਟੈਂਪਰੇਚਰ? ਕਿਉਂਕਿ ਸਮਤਾਪ ਮੰਡਲ ਦੇ ਵਿੱਚ ਪਾਈ ਜਾਂਦੀ ਹੈ ਓਜ਼ੋਨ ਪਰਤ। ਓਜ਼ੋਨ ਪਰਤ ਦਾ ਕੰਮ ਕੀ ਹੈ? ਸੂਰਜ ਤੋਂ ਆਉਣ ਵਾਲੀਆਂ ਪਰਾਵੈਂਗਣੀ ਕਿਰਨਾਂ ਨੂੰ ਸੋਖਣਾ, ਔਰ ਜਿਵੇਂ ਉਹ ਪਰਾਵੈਂਗਣੀ ਕਿਰਨਾਂ ਨੂੰ ਸੋਖਦੀ ਹੈ ਤਾਂ ਉੱਥੇ ਉਹ ਕਿਰਨਾਂ ਕਰਕੇ ਟੈਂਪਰੇਚਰ ਹੈ ਜਿਹੜਾ ਉਹ ਕੀ ਚਲਾ ਜਾਂਦਾ ਹੈ? ਅਪ ਚਲਾ ਜਾਂਦਾ ਹੈਗਾ। ਬਿਲਕੁਲ ਜੀ, ਬਿਲਕੁਲ। ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਹੈ। ਓਜ਼ੋਨ ਪਰਤ ਕਿੱਥੇ ਪਾਈ ਜਾਂਦੀ ਹੈ? ਸਮਤਾਪ ਮੰਡਲ ਦੇ ਵਿੱਚ। ਅਗਲੇ ਸਵਾਲ ਦੇ ਉੱਪਰ ਚੱਲਦੇ ਹਾਂ। ਓਜ਼ੋਨ ਪਰਤ ਦਾ ਮੁੱਖ ਕੰਮ ਕੀ ਹੈ? ਹੁਣੇ ਆਪਾਂ ਪੜ੍ਹ ਕੇ ਹਟੇ, ਧਰਤੀ ਉੱਤੇ ਤਾਪਮਾਨ ਸੰਤੁਲਨ ਨੂੰ ਬਣਾਈ ਰੱਖਣਾ, ਬਿਜਲੀ ਤਰੰਗਾਂ ਨੂੰ ਸੋਖਣਾ, ਸੂਰਜ ਤੋਂ ਆਉਣ ਵਾਲੀਆਂ ਪਰਾਵੈਂਗਣੀ ਕਿਰਨਾਂ ਨੂੰ ਧਰਤੀ ਤੇ ਆਉਣ ਤੋਂ ਰੋਕਣਾ। ਹੁਣੇ ਆਪਾਂ ਨੇ ਪੜ੍ਹਿਆ, ਤੁਸੀਂ ਸਾਰੇ ਜਣੇ ਨੇ ਪੜ੍ਹਿਆ ਹੋਣਾ ਹੈ, ਓਜ਼ੋਨ ਪਰਤ ਦਾ ਕੰਮ ਕੀ ਹੈ? ਕਿ ਸੂਰਜ ਤੋਂ ਜੋ ਖਤਰਨਾਕ ਕਿਰਨਾਂ ਆ ਰਹੀਆਂ ਨੇ, ਜਦੋਂ ਸਾਡੇ ਸੂਰਜ ਦੀ ਲਾਈਟ ਆਉਂਦੀ ਆ, ਲਾਈਟ ਉਹ ਜਿਹੜੀ ਕਿਰਨਾਂ ਨੇ ਉਹਦੇ ਵਿੱਚ ਕੁਝ ਕਿਰਨਾਂ ਖਤਰਨਾਕ ਵੀ ਹੁੰਦੀਆਂ ਨੇ। ਜੇ ਉਹ ਕਿਰਨਾਂ ਧਰਤੀ ਦੇ ਉੱਪਰ ਸਿੱਧੀਆਂ ਪਹੁੰਚਣਗੀਆਂ ਤਾਂ ਸਾਨੂੰ ਕਈ ਤਰੀਕੇ ਦੀਆਂ ਬਿਮਾਰੀਆਂ, ਕਈ ਤਰੀਕੇ ਦਾ ਕਹਿ ਲਓ ਕਿ ਸਪੈਸਿਫਿਕ ਜਿਵੇਂ ਸਾਡੀ ਚਮੜੀ ਦਾ ਕੈਂਸਰ, ਅੱਖਾਂ ਦੇ ਰੋਗ, ਉਸ ਤਰੀਕੇ ਨਾਲ ਚੀਜ਼ਾਂ ਹੋ ਜਾਣਗੀਆਂ। ਹੁਣ ਆਪਣੇ ਕੋਲੇ ਇੱਕ ਓਜ਼ੋਨ ਲੇਅਰ ਆ, ਜਿਹੜੀ ਓਜ਼ੋਨ ਲੇਅਰ ਆ ਇਹਦਾ ਮੁੱਖ ਕੰਮ ਕੀ ਹੈਗਾ? ਇਹਦਾ ਮੁੱਖ ਕੰਮ ਹੈ ਵੀ ਜਿਹੜੀ ਉਹ ਖਤਰਨਾਕ ਕਿਰਨਾਂ ਨੇ ਓਜ਼ੋਨ ਲੇਅਰ ਸੋਖ ਲੈਂਦੀ ਹੈ ਔਰ ਚੰਗੀਆਂ ਚੰਗੀਆਂ ਕਿਰਨਾਂ ਸਾਡੀ ਧਰਤੀ ਤੇ ਪਹੁੰਚ ਜਾਂਦੀਆਂ ਨੇ। ਤਾਂ ਸੂਰਜ ਤੋਂ ਆਉਣ ਵਾਲੀਆਂ ਪਰਾਵੈਂਗਣੀ ਕਿਰਨਾਂ ਅਲਟਰਾ ਵਾਇਲਟ ਰੇਜ਼ ਨੇ ਜਿਹੜੀਆਂ, ਉਹਨਾਂ ਨੂੰ ਅਬਜ਼ਰਵ ਜਾਂ ਉਹਨਾਂ ਨੂੰ ਕੰਜ਼ਿਊਮ ਕਰ ਲੈਂਦੀ ਹੈ ਓਜ਼ੋਨ ਲੇਅਰ, ਜਿਹੜੀ ਕਿ ਸਮਤਾਪ ਮੰਡਲ ਦੇ ਵਿੱਚ ਹੈ। ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ, ਓਜ਼ੋਨ ਪਰਤ ਮੁੱਖ ਰੂਪ ਵਿੱਚ ਕਿਹੜੇ ਪ੍ਰਦੂਸ਼ਣ ਦੇ ਦੁਆਰਾ ਨਸ਼ਟ ਹੋ ਰਹੀ ਹੈ? ਤੁਸੀਂ ਇੱਕ ਕਨਸੈਪਟ ਸਾਰੇ ਜਣੇ ਨੇ ਸੁਣਿਆ ਹੋਣਾ ਹੈ, ਅਬਾਊਟ ਓਜ਼ੋਨ ਹੋਲ, ਵੀ ਜਿਹੜਾ ਭਾਈ ਓਜ਼ੋਨ ਪਰਤ ਆ ਉਹਦੇ ਵਿੱਚ ਹੋਲ ਹੋ ਰਿਹਾ। ਹੋਲ ਮਤਲਬ ਉਹਦੇ ਵਿੱਚ ਮਤਲਬ ਮੋਹਰਾ ਨਿਕਲ ਰਿਹਾ ਬੇਸਿਕਲੀ, ਵੀ ਉਹਦੇ ਵਿੱਚ ਜਿਹੜੀਆਂ ਵੀ ਰੇਜ਼ਸ ਪਾਸ ਹੋਣਗੀਆਂ ਉਹ ਰੇਜ਼ਸ ਜਿਹੜੀਆਂ ਹੈਗੀਆਂ ਨੇ ਉਹ ਡਾਇਰੈਕਟਲੀ, ਹਾਂਜੀ ਹਾਂਜੀ, ਸੋ ਬੇਸਿਕਲੀ ਜਿਹੜੀ ਸਾਡੀ ਓਜ਼ੋਨ ਲੇਅਰ ਆ ਉਹਦੇ ਵਿੱਚ ਹੋਲ ਹੋ ਰਿਹਾ। ਹੁਣ ਉਸ ਹੋਲ ਦੇ ਨਾਲ ਖਤਰਨਾਕ ਚੀਜ਼ ਕੀ ਹੋ ਰਹੀ ਹੈ? ਵੀ ਜਿਹੜੀਆਂ ਪਰਾਵੈਂਗਣੀ ਕਿਰਨਾਂ ਨੂੰ ਓਜ਼ੋਨ ਪਰਤ ਰੋਕਦੀ ਸੀ, ਹੁਣ ਉਹ ਓਜ਼ੋਨ ਪਰਤ ਰੋਕ ਨਹੀਂ ਪਾਊਗੀ ਜਿੱਥੇ ਜਿੱਥੇ ਉਹ ਹੋਲ ਹੋ ਗਿਆ। ਅਸਲ ਦੇ ਵਿੱਚ ਹੋਲ ਹੋਣ ਦਾ ਮੁੱਖ ਕਾਰਨ ਕੀ ਹੈ? ਪੋਲਿਊਸ਼ਨ। ਧਰਤੀ ਦੇ ਉੱਪਰ ਇੰਨਾ ਜ਼ਿਆਦਾ ਪ੍ਰਦੂਸ਼ਣ ਹੋ ਰਿਹਾ, ਇੰਨਾ ਜ਼ਿਆਦਾ ਪੋਲਿਊਸ਼ਨ ਹੋ ਰਿਹਾ ਜਿਹਦੇ ਕਰਕੇ ਓਜ਼ੋਨ ਲੇਅਰ ਹੌਲੇ ਹੌਲੇ ਨਸ਼ਟ ਹੋ ਰਹੀ ਹੈ। ਇੱਥੇ ਕੁਐਸਚਨ ਕੀ ਪੁੱਛਿਆ ਗਿਆ ਹੈ ਕਿ ਕਿਹੜੀ ਗੈਸ ਹੈ ਜਾਂ ਕਿਹੜੇ ਮੁੱਖ ਤੌਰ ਤੇ ਕਿਹੜੇ ਫੈਕਟਰ ਕਰਕੇ ਜਿਹੜੀ ਓਜ਼ੋਨ ਪਰਤ ਆ ਉਹ ਨਸ਼ਟ ਹੋ ਰਹੀ ਹੈ? ਦੈਟ ਇਜ਼ ਕਲੋਰੋਫਲੋਰੋਕਾਰਬਨ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਕਿ ਜਿਹੜੀ ਸਾਡੀ ਓਜ਼ੋਨ ਲੇਅਰ ਆ ਇਹਦਾ ਨਸ਼ਟ ਹੋਣ ਦਾ ਮੁੱਖ ਕਾਰਨ ਕੀ ਹੈ? ਇਹਦੇ ਨਸ਼ਟ ਹੋਣ ਦਾ ਮੁੱਖ ਕਾਰਨ ਹੈ ਜੀ ਕਲੋਰੋਫਲੋਰੋਕਾਰਬਨ। ਸਾਰੇ ਜਣੇ ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖੋਗੇ, ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ। ਅਗਲੇ ਪੁਆਇੰਟ ਤੇ ਚੱਲਦੇ ਹਾਂ। ਹਵਾ ਵਿੱਚ ਮੁੱਖ ਰੂਪ ਦੇ ਵਿੱਚ ਕਿਹੜੀ ਗੈਸ ਮਿਲਦੀ ਹੈ? ਆਪਾਂ ਨੇ ਹਵਾ ਵਿੱਚ ਪਾਈਆਂ ਜਾਣ ਵਾਲੀਆਂ ਮੁੱਖ ਗੈਸਾਂ ਕਰੀਆਂ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਨਾਈਟ੍ਰੋਜਨ ਪਾਈ ਜਾਂਦੀ ਹੈ 78%,
ਦੂਸਰੇ ਨੰਬਰ ਤੇ ਆਕਸੀਜਨ ਪਾਈ ਜਾਂਦੀ ਹੈ 21%। ਆਪਾਂ ਨੂੰ ਪ੍ਰੀਵੀਅਸ ਇਅਰ ਪੇਪਰ ਚ ਕੁਐਸਚਨ ਆਇਆ 0.03% ਕੀ ਪਾਈ ਜਾਂਦੀ ਹੈ ਕਾਰਬਨ ਡਾਈਆਕਸਾਈਡ, ਤਾਂ ਬਸ ਤੁਹਾਨੂੰ ਸਿੱਧਾ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਹੈ ਉਹ ਮਿਲ ਚੁੱਕਿਆ ਹੈਗਾ ਕਿ ਸਾਡੇ ਹਵਾ ਦੇ ਵਿੱਚ ਮੁੱਖ ਰੂਪ ਦੇ ਵਿੱਚ ਪਾਈ ਜਾਣੀ, ਮੁੱਖ ਰੂਪ ਮਤਲਬ ਜਿਹਦੀ ਕੁਆਂਟਿਟੀ ਜ਼ਿਆਦਾ ਹੈ, ਮੁੱਖ ਮਤਲਬ ਜਿਹਦਾ ਹਿੱਸਾ ਜ਼ਿਆਦਾ ਹੈ, ਹਿੱਸਾ ਜ਼ਿਆਦਾ ਕਿਹਦਾ ਜੀ ਸਾਡੇ ਨਾਈਟ੍ਰੋਜਨ ਦਾ। ਤਾਂ ਬਹੁਤ ਬਹੁਤ ਇੰਪੋਰਟੈਂਟ ਸਵਾਲ ਹੈ, ਰਿਪੀਟ ਤਾਂ ਪਾਇਆ ਜਾ ਰਿਹਾ ਕਿਉਂਕਿ ਇੰਪੋਰਟੈਂਟ ਹੈ। ਵਾਯੂਮੰਡਲ ਦਬਾਅ ਨੂੰ ਮਾਪਣ ਵਾਲੇ ਯੰਤਰ ਨੂੰ ਕੀ ਕਹਿੰਦੇ ਨੇ? ਆਪਾਂ ਕਲਾਸ ਦੇ ਵਿੱਚ ਇੱਕ ਬਹੁਤ ਸੋਹਣਾ ਕਨਸੈਪਟ ਕੀਤਾ ਸੀ, ਨਹੀਂ ਤਾਂ ਮੈਂ ਤੁਹਾਨੂੰ ਇੱਥੇ ਵੀ ਸਮਝਾਉਂਦੀ, ਪਰ ਉਹ ਕਨਸੈਪਟ ਹੀ ਘੰਟੇ ਡੇਢ ਘੰਟੇ ਦਾ, ਆਪਣੀ ਸਾਰੀ ਕਲਾਸ ਜਿਹੜੀ ਹੈਗੀ ਉਸ ਕਨਸੈਪਟ ਦੇ ਵਿੱਚ ਚਲੀ ਜਾਊਗੀ। ਆਪਾਂ ਕਲਾਸ ਦੇ ਵਿੱਚ ਫਿਰ ਵੀ ਥੋੜਾ ਜਿਹਾ ਓਵਰਵਿਊ ਲੈ ਲੈਂਦੇ ਹਾਂ, ਠੀਕ ਹੈ? ਦੋ ਚੀਜ਼ਾਂ ਆਪਾਂ ਨੇ ਕਰੀਆਂ, ਇੱਕ ਆਪਾਂ ਕਰਿਆ ਵਾਯੂ ਦਾਬ ਤੇ ਦੂਜਾ ਆਪਾਂ ਨੇ ਕਰਿਆ ਤਾਪਮਾਨ। ਜਦੋਂ ਅਸੀਂ ਵਾਯੂ ਦਾਬ ਦੀ ਗੱਲ ਕਰਦੇ ਹਾਂ, ਵਾਯੂ ਦਾਬ ਦਾ ਮਤਲਬ ਕੀ ਹੈ? ਹਵਾ ਵਿਚਲਾ ਭਾਰ, ਹਵਾ ਕਿੰਨੀ ਕੁ ਭਾਰੀ ਹੈ ਉਹਨੂੰ ਅਸੀਂ ਬੋਲਦੇ ਹਾਂ ਵਾਯੂ ਦਾਬ, ਜਿਹਨੂੰ ਤੁਸੀਂ ਇੰਗਲਿਸ਼ ਦੇ ਵਿੱਚ ਕੀ ਬੋਲ ਦਿੰਦੇ ਹੋ? ਏਅਰ ਪ੍ਰੈਸ਼ਰ। ਹਵਾ ਭਾਰੀ ਕਦੋਂ ਹੁੰਦੀ ਹੈ? ਹਵਾ ਭਾਰੀ ਕਦੋਂ ਹੁੰਦੀ ਹੈ? ਜਦੋਂ ਹਵਾ ਠੰਡੀ ਹੁੰਦੀ ਹੈ। ਜਦੋਂ ਹਵਾ ਠੰਡੀ ਹੁੰਦੀ ਹੈ ਉਦੋਂ ਹਵਾ ਭਾਰੀ ਹੁੰਦੀ ਹੈ, ਜਦੋਂ ਹਵਾ ਗਰਮ ਹੁੰਦੀ ਹੈ ਉਦੋਂ ਹਵਾ ਹਲਕੀ ਹੁੰਦੀ ਹੈ। ਹੁਣ ਤੁਸੀਂ ਗਰਮੀਆਂ ਤੇ ਸਰਦੀਆਂ ਦੇ ਮੌਸਮ ਦਾ ਐਗਜ਼ਾਮਪਲ ਲਓ। ਫੋਰ ਐਗਜ਼ਾਮਪਲ ਆਪਾਂ ਸਰਦੀਆਂ ਦੀ ਗੱਲ ਕਰਦੇ ਹਾਂ, ਸਿਆਲਾਂ ਦੀ ਗੱਲ ਕਰਦੇ ਹਾਂ, ਸਿਆਲਾਂ ਦੇ ਵਿੱਚ ਹਵਾ ਹੁੰਦੀ ਹੈ ਠੰਡੀ। ਹਵਾ ਠੰਡੀ ਹੋਣ ਦਾ ਮਤਲਬ ਕੀ ਹੈ? ਹਵਾ ਦੇ ਵਿੱਚ ਪਾਣੀ ਦੇ ਕਣ ਜ਼ਿਆਦਾ ਨੇ, ਨਮੀ ਆ ਹਵਾ ਦੇ ਵਿੱਚ, ਜਿਹਦੇ ਕਰਕੇ ਹਵਾ ਦੇ ਵਿੱਚ ਭਾਰ ਆ ਗਿਆ, ਉਹੀ ਭਾਰ ਨੂੰ ਅਸੀਂ ਕੀ ਕਹਿੰਦੇ ਹਾਂ? ਵਾਯੂ ਦਾਬ। ਵਾਯੂ ਦਾਬ ਤੇ ਤਾਪਮਾਨ ਦਾ ਆਪਸ ਦੇ ਵਿੱਚ ਇੱਕ ਬੜਾ ਗੂੜਾ ਸੰਬੰਧ ਬਣਦਾ ਹੈ। ਉਹ ਗੂੜਾ ਸੰਬੰਧ ਕੀ ਹੈ? ਜੇ ਵਾਯੂ ਦਾਬ ਜ਼ਿਆਦਾ ਹੋਊਗਾ ਤਾਂ ਤਾਪਮਾਨ ਘੱਟ ਹੋਊਗਾ, ਜੇ ਵਾਯੂ ਦਾਬ ਘੱਟ ਹੋਊਗਾ ਤਾਂ ਤਾਪਮਾਨ ਕੀ ਹੋਊਗਾ? ਜ਼ਿਆਦਾ ਹੋਊਗਾ। ਉਦਾਹਰਨ ਤੁਹਾਡੇ ਸਾਹਮਣੇ ਹੈ, ਵਾਯੂ ਦਾਬ ਜ਼ਿਆਦਾ ਦਾ ਮਤਲਬ ਕੀ ਹੈ? ਹਵਾ ਠੰਡੀ। ਹਵਾ ਠੰਡੀ ਜਦੋਂ ਸਰਦੀ ਦੇ ਮੌਸਮ ਦੇ ਵਿੱਚ ਚੱਲਦੀ ਹੈ, ਜਦੋਂ ਵਾਯੂ ਦਾਬ ਜ਼ਿਆਦਾ ਹੁੰਦਾ ਹੈ ਤਾਂ ਆਪਾਂ ਨੂੰ ਪਤਾ ਹੈ ਸਰਦੀ ਦੇ ਮੌਸਮ ਦੇ ਵਿੱਚ ਕੀ ਹੁੰਦਾ ਹੈ? ਤਾਪਮਾਨ ਡਾਊਨ ਹੁੰਦਾ ਹੈ, ਟੈਂਪਰੇਚਰ ਘੱਟ ਹੁੰਦਾ ਹੈ। ਦੂਸਰਾ ਪੁਆਇੰਟ, ਗਰਮੀ ਦੀ ਐਗਜ਼ਾਮਪਲ ਲਓ। ਗਰਮੀ ਦੇ ਵਿੱਚ ਹਵਾ ਹੋ ਜਾਂਦੀ ਹੈ ਹਲਕੀ, ਹਵਾ ਹਲਕੀ ਹੈ ਤਾਂ ਵਾਯੂ ਦਾਬ ਕੀ ਜਾਂਦਾ ਹੈ? ਘੱਟ। ਜੇ ਵਾਯੂ ਦਾਬ ਘੱਟ ਜਾਂਦਾ ਤਾਂ ਤਾਪਮਾਨ ਡੈਫੀਨੇਟਲੀ ਕੀ ਹੋਊਗਾ? ਜ਼ਿਆਦਾ। ਇਹ ਕਨਸੈਪਟ ਆਪਾਂ ਕਲਾਸ ਦੇ ਵਿੱਚ ਬਹੁਤ ਚੰਗੇ ਤਰੀਕੇ ਦੇ ਨਾਲ ਸਮਝਿਆਗਾ, ਤਾਂ ਇਸ ਚੀਜ਼ ਨੂੰ ਬਹੁਤ ਪ੍ਰੋਪਰਲੀ ਕਵਰ ਅਪ ਕਰਨ ਦੀ ਕੋਸ਼ਿਸ਼ ਕਰਨੀ ਹੈ, ਇਸ ਚੀਜ਼ ਨੂੰ ਪ੍ਰੋਪਰਲੀ ਕਨਸੈਪਚੁਅਲੀ ਸਮਝਣ ਦੀ ਗੱਲ ਕਰਨੀ ਹੈ ਕਿ ਜੇ ਵਾਯੂ ਦਾਬ ਘੱਟ ਹੈ ਤਾਪਮਾਨ ਜ਼ਿਆਦਾ ਹੈ, ਵਾਯੂ ਦਾਬ ਜ਼ਿਆਦਾ ਹੈ ਤਾਪਮਾਨ ਘੱਟ ਹੈ। ਇਹ ਪੁਆਇੰਟ ਤੁਹਾਡੇ ਲਈ ਕਲੈਰੀਫਾਈ ਹੋਣਾ ਜ਼ਰੂਰੀ ਹੈ, ਕਿਉਂਕਿ ਇਹਦੇ ਬੇਸਿਸ ਤੇ ਪ੍ਰੋਪਰ ਤਰੀਕੇ ਨਾਲ ਤੁਹਾਡੇ ਪੇਪਰ ਦੇ ਵਿੱਚ ਪਹਿਲਾਂ ਸਵਾਲ ਪੁੱਛਿਆ ਗਿਆ। ਲਓ ਜੀ, ਹੁਣ ਆਪਾਂ ਨੂੰ ਪੁੱਛਿਆ ਕੀ ਹੈ ਕਿ ਵਾਯੂਮੰਡਲ ਦਾ ਦਬਾਅ ਮਾਪਣ ਦੇ ਲਈ, ਵਾਯੂਮੰਡਲ ਦਾ ਦਬਾਅ ਮਾਪਣ ਦੇ ਲਈ, ਐਟਮੋਸਫੇਰਿਕ ਪ੍ਰੈਸ਼ਰ ਮਾਪਣ ਦੇ ਲਈ ਸਾਡੇ ਕੋਲੇ ਕਿਹੜਾ ਯੰਤਰ ਹੁੰਦਾ ਹੈ? ਤਾਂ ਇਹਦਾ ਸਵਾਲ ਆਲਮੋਸਟ ਸਾਰੇ ਬੱਚਿਆਂ ਦਾ ਸਹੀ ਆ ਰਿਹਾ, ਦੈਟ ਇਜ਼ ਬੈਰੋਮੀਟਰ। ਔਰ ਆਪਾਂ ਕਲਾਸ ਦੇ ਵਿੱਚ ਇਹ ਸਵਾਲ ਡਾਇਰੈਕਟਲੀ ਕੀਤਾ ਹੈ ਕਿ ਜਦੋਂ ਅਸੀਂ ਐਟਮੋਸਫੇਰਿਕ ਪ੍ਰੈਸ਼ਰ ਨੂੰ ਮਾਪਣ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਕਿਹਦੀ ਜ਼ਰੂਰਤ ਪੈਂਦੀ ਹੈ? ਬੈਰੋਮੀਟਰ ਦੀ। ਕਿਹਦੀ ਜ਼ਰੂਰਤ ਪੈਂਦੀ ਹੈ? ਬੈਰੋਮੀਟਰ ਦੀ। ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ, ਬਿਲਕੁਲ ਸਾਰੇ ਬੱਚਿਆਂ ਦਾ ਰਾਈਟ ਆਨਸਰ ਆ ਰਿਹਾ। ਅੱਛਾ, ਤੁਸੀਂ ਵੀਡੀਓ ਫਿਰ ਲਾਈਕ ਕਰਨੀ ਭੁੱਲ ਜਾਂਦੇ ਹੋ, ਹਨਾ? ਤੁਹਾਨੂੰ ਹਰੇਕ ਕਲਾਸ ਦੇ ਵਿੱਚ ਕਹਿਣਾ ਪੈਂਦਾ ਵੀ ਵੀਡੀਓ ਲਾਈਕ ਕਰ ਦਿਓ, ਹਨਾ? ਤਾਂ ਤੁਸੀਂ ਵੀਡੀਓ ਲਾਈਕ ਕਰਦਿਆ ਕਰੋ, ਜਦੋਂ ਤੁਸੀਂ ਬੈਠਦੇ ਹੋ ਲਾਈਕ ਕਰਕੇ ਬੈਠਿਆ ਕਰੋ। ਜੇ ਤੁਹਾਨੂੰ ਸੈਸ਼ਨ ਚੰਗਾ ਲੱਗਦਾ ਤਾਂ ਇਹਨੂੰ ਲਾਈਕ ਜ਼ਰੂਰ ਕਰਨਾ,
ਟੀਚਰ ਦੀ ਇੱਕ ਮੋਟੀਵੇਸ਼ਨ ਹੁੰਦੀ ਹੈ, ਜਦੋਂ ਤੁਸੀਂ ਐਪਰੀਸ਼ੀਏਟ ਕਰਦੇ ਹੋ ਤੁਹਾਡੀ ਐਪਰੀਸ਼ੀਏਸ਼ਨ ਕੀ ਹੋ ਸਕਦੀ ਹੈ? ਆਪਾਂ ਫੇਸ ਟੂ ਫੇਸ ਤਾਂ ਬੈਠੇ ਨਹੀਂ ਵੀ ਤੁਸੀਂ ਮੇਰੇ ਮੂੰਹ ਤੇ ਕਹੋ ਵੀ ਮੈਡਮ ਵਧੀਆ ਜਾ ਰਹੇ ਆ, ਤੁਸੀਂ ਸਿਰਫ ਐਪਰੀਸ਼ੀਏਸ਼ਨ ਕਿਵੇਂ ਕਰ ਸਕਦੇ ਹੋ? ਲਾਈਕ ਦਾ ਬਟਨ ਕਲਿੱਕ ਕਰਕੇ, ਠੀਕ ਹੈ? ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਹਾਂਜੀ, ਅਗਲੇ ਪੁਆਇੰਟ ਤੇ ਚੱਲਦੇ ਹਾਂ। ਅਗਲੇ ਪੁਆਇੰਟ ਤੇ ਚੱਲਦੇ ਹਾਂ, ਬੱਦਲ ਅਤੇ ਮੀਂਹ ਕਿਹੜੀ ਪਰਤ ਦੇ ਵਿੱਚ ਆਉਂਦੇ ਨੇ? ਤਾਂ ਆਪਾਂ ਆਪਣੀ ਕਲਾਸ ਦੇ ਵਿੱਚ ਆਉਣ ਸਾਰ ਪਹਿਲਾਂ ਵਾਯੂ ਮੰਡਲ ਦੀਆਂ 5 ਪਰਤਾਂ ਪੜ੍ਹੀਆਂ, ਜਿਹਦੇ ਵਿੱਚ ਸਭ ਤੋਂ ਹੇਠਲੀ ਪਰਤ ਕਿਹੜੀ ਸੀ? ਅਸ਼ਾਂਤ ਮੰਡਲ। ਇਹਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਅਸ਼ਾਂਤ ਮੰਡਲ ਮਤਲਬ ਅਸ਼ਾਂਤੀ ਫੈਲੀ ਹੋਈ ਹੈ। ਅਸ਼ਾਂਤੀ ਫੈਲਣ ਦਾ ਮਤਲਬ ਹਨੇਰੀ, ਬੱਦਲ, ਮੀਂਹ, ਤੂਫਾਨ, ਭੂਚਾਲ, ਜੋ ਕੁਛ ਆ ਰਿਹਾ ਹੈ ਉਹ ਸਾਰਾ ਕੁਛ ਕਿਹੜੇ ਮੰਡਲ 'ਚ ਆਊਗਾ? ਅਸ਼ਾਂਤ ਮੰਡਲ ਦੇ ਵਿੱਚ ਆਊਗਾ। ਕਿਹੜੇ ਮੰਡਲ ਦੇ ਵਿੱਚ ਆਊਗਾ? ਅਸ਼ਾਂਤ ਮੰਡਲ। ਵੈਰੀ ਗੁੱਡ ਜੀ, ਵੈਰੀ ਗੁੱਡ। ਹਾਂਜੀ ਜੀ, ਜਿਹਨੇ ਲਾਈਕ ਕਰਤਾ ਬਹੁਤ ਬਹੁਤ ਸ਼ੁਕਰੀਆ। ਜਿਹਨਾਂ ਨੇ ਲਾਈਕ ਨਹੀਂ ਕੀਤਾ ਤੁਸੀਂ ਕਰ ਸਕਦੇ ਹੋ, ਜੇ ਕਿਸੇ ਦਾ ਜੀ ਨਹੀਂ ਕਰਦਾ ਲਾਈਕ ਕਰਨ ਦਾ ਤਾਂ ਫਿਰ ਵੀ ਥੋੜੀ ਮਦਦ, ਠੀਕ ਹੈ? ਹਾਂਜੀ, ਅਸ਼ਾਂਤ ਮੰਡਲ, ਠੀਕ ਹੈ। ਔਰ ਦੂਸਰਾ ਪੁਆਇੰਟ ਆਪਾਂ ਨੇ ਕੀ ਪੜਿਆ ਸੀ? ਸੰਤਾਪ ਮੰਡਲ ਦੇ ਰਿਲੇਟਡ 2 ਸਵਾਲ ਬਹੁਤ ਜ਼ਿਆਦਾ ਰਿਪੀਟ ਪੁੱਛੇ ਜਾਂਦੇ ਨੇ। ਸੰਤਾਪ ਮੰਡਲ ਇੱਕ ਅਜਿਹਾ ਮੰਡਲ ਹੈ ਜਿੱਥੇ ਹਵਾਈ ਜਹਾਜ਼ ਉੱਡਦੇ ਨੇ, ਔਰ ਸੰਤਾਪ ਮੰਡਲ ਇੱਕ ਅਜਿਹਾ ਮੰਡਲ ਹੈ ਜਿੱਥੇ ਓਜ਼ੋਨ ਪਰਤ ਪਾਈ ਜਾਂਦੀ ਹੈ, ਔਰ ਸੰਤਾਪ ਮੰਡਲ ਦੇ ਵਿੱਚ ਤਾਪਮਾਨ ਹੈਗਾ ਜਿਹੜਾ ਇਹ ਹਾਈਟ ਦੇ ਨਾਲ ਵੱਧਦਾ, ਇਨਕਰੀਜ਼ ਹੁੰਦਾ ਹੈਗਾ। ਅਗਲੇ ਪੁਆਇੰਟ ਤੇ ਚੱਲਦੇ ਹਾਂ ਜੀ। ਹਵਾ ਦਾ ਭਾਰ ਹੁੰਦਾ ਹੈ, ਕੀ ਤੁਸੀਂ ਸਹਿਮਤ ਹੋ? ਹੁਣੇ ਤਾਂ ਆਪਾਂ ਪੜ੍ਹ ਕੇ ਹਟੇ, ਹੁਣੇ ਆਪਾਂ ਕੀ ਪੜ੍ਹ ਕੇ ਹਟੇ? ਵਾਯੂ ਦਾਬ ਪੜ੍ਹ ਕੇ ਹਟੇ। ਤਾਂ ਹਵਾ ਦੇ ਵਿੱਚ ਡੈਫੀਨੇਟਲੀ ਭਾਰ ਹੁੰਦਾ ਜਿਹਨੂੰ ਅਸੀਂ ਵਾਯੂ ਦਾਬ ਕਹਿੰਦੇ ਹਾਂ। ਅਸੀਂ ਵਾਯੂ ਦਾਬ ਦੀਆਂ ਪੇਟੀਆਂ ਵੀ ਪੜ੍ਹੀਆਂ, ਅਸੀਂ ਘੋੜੇ ਦੇ ਅਕਸ਼ਾਂਸ਼ ਵੀ ਪੜ੍ਹੇ ਨੇ। ਤਾਂ ਉਹ ਚੀਜ਼ਾਂ ਦੇ ਬੇਸ ਤੇ ਪ੍ਰੂਫ ਕੀ ਹੁੰਦਾ ਹੈ ਕਿ ਹਵਾ ਦੇ ਵਿੱਚ ਡੈਫੀਨੇਟਲੀ ਭਾਰ ਹੁੰਦਾ ਹੈ? ਅਸੀਂ ਇਸ ਚੀਜ਼ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਹਵਾ ਦਾ ਰੰਗ ਨਹੀਂ ਹੁੰਦਾ, ਪਰ ਹਵਾ ਦੇ ਵਿੱਚ ਭਾਰ ਹੁੰਦਾ ਜਿਹਨੂੰ ਤੁਸੀਂ ਏਅਰ ਪ੍ਰੈਸ਼ਰ ਕਹਿੰਦੇ ਹੋ। ਉਹਦੇ ਬੇਸਿਸ ਤੇ ਹੀ ਤੁਹਾਡੇ ਟੈਂਪਰੇਚਰ ਦੇ ਨਾਲ ਰਿਲੇਸ਼ਨ ਬਣਿਆ, ਜਿਹਦੇ ਵਿੱਚ ਇੱਕ ਅੱਛੀ ਜੀ ਐਟਮੋਸਫੇਰਿਕ ਕੰਡੀਸ਼ਨ ਹੈ ਜਿਹੜੀ ਉਹ ਕ੍ਰੀਏਟ ਹੁੰਦੀ ਹੈ। ਵੈਰੀ ਗੁੱਡ ਜੀ, ਵੈਰੀ ਗੁੱਡ। ਜਿਹੜੇ ਬੱਚੇ ਲੇਟ ਹੋ ਜਾਂਦੇ ਹੋ, ਤੁਸੀਂ ਲੇਟ ਨਾ ਹੋਇਆ ਕਰੋ। ਜੇ ਤੁਹਾਡੇ ਕੋਲੇ ਹੁਣ ਵੀ ਪੜ੍ਹਨ ਦਾ ਟਾਈਮ ਨਹੀਂ, ਹੁਣ ਵੀ ਤੁਹਾਡੇ ਆਪਣਾ ਟਾਈਮ ਕੱਢਣ ਦਾ ਤੁਹਾਡੇ ਕੋਲੇ ਵੇਲਾ ਨਹੀਂ, ਤਾਂ ਫਿਰ ਤੁਹਾਡੇ ਲਈ ਮਾੜੀ ਗੱਲ ਹੈ, ਇਹ ਕਿਸੇ ਲਈ ਮਾੜੀ ਗੱਲ ਨਹੀਂ। ਹਾਂਜੀ ਹਾਂਜੀ, ਪੇੜ ਵਾਲੇ ਬੱਚਿਆਂ ਨੂੰ ਸਾਰਾ ਕੁਝ ਮਿਲੂ। ਹਾਂਜੀ, ਪੇੜ ਵਾਲੇ ਬੱਚਿਆਂ ਨੂੰ ਸਾਰਾ ਕੁਝ ਮਿਲੂਗਾ। ਜਿਹੜੇ ਸਟੂਡੈਂਟਸ ਪੇੜ ਨੇ, PDF ਮਿਲੂਗਾ, ਕੁਐਸਚਨਸ ਪੜਨਗੇ, ਹੋਰ ਵੀ ਕਾਫੀ ਮੈਟਰ ਮਿਲੂਗਾ, ਸੈਲਫ ਸਟੱਡੀ ਲਈ ਵੀ ਕਾਫੀ ਮੈਟਰ ਮਿਲੂਗਾ, ਠੀਕ ਹੈ। ਅਗਲੇ ਪੁਆਇੰਟ ਤੇ ਚੱਲਦੇ ਹਾਂ ਜੀ। ਮਨੁੱਖ ਦੁਆਰਾ ਸਾਹ ਛੱਡਣ ਉੱਤੇ ਕਿਹੜੀ ਗੈਸ ਛੱਡੀ ਜਾਂਦੀ ਹੈ? ਆਪਾਂ ਜਦੋਂ ਵੀ ਇਨਹੇਲ ਕਰਦੇ ਹਾਂ, ਇਨਹੇਲ ਮਤਲਬ ਅਸੀਂ ਬਾਹਰਲੀ ਹਵਾ ਅੰਦਰ ਨੂੰ ਲੈਂਦੇ ਹਾਂ, ਤਾਂ ਅਸੀਂ ਬੇਸਿਕਲੀ ਇਨਹੇਲ ਕੀ ਕਰਦੇ ਹਾਂ? ਆਕਸੀਜਨ। ਤੇ ਅਸੀਂ ਬਾਹਰ ਕਿਹੜੀ ਹਵਾ ਕੱਢਦੇ ਹਾਂ? ਕਾਰਬਨ ਡਾਈਆਕਸਾਈਡ। ਦੋ ਚੀਜ਼ਾਂ ਤਾਂ ਬੜੀਆਂ ਕਾਮਨ ਨੇ ਕਿ ਮਨੁੱਖ ਸਾਹ ਦੁਆਰਾ ਅੰਦਰ ਕਿਹੜੀ ਹਵਾ ਖਿੱਚਦਾ ਹੈ? ਆਕਸੀਜਨ। ਤੇ ਅੰਦਰੋਂ ਜਿਹੜੀ ਬਾਹਰ ਹਵਾ ਕੱਢਦੇ ਹਾਂ ਆਪਾਂ, ਉਹਨੂੰ ਅਸੀਂ ਕਿਹੜੀ ਹਵਾ ਕਹਿੰਦੇ ਹਾਂ? ਕਾਰਬਨ ਡਾਈਆਕਸਾਈਡ। ਹਾਂਜੀ ਹਾਂ, ਸਾਰੇ ਸਾਰੇ ਬੈਚਸ ਦੇ ਵਿੱਚ ਮਿਲੂਗਾ, ਸਾਰੇ ਬੈਚਸ ਦੇ ਵਿੱਚ ਮਿਲੂਗਾ। ਤੁਸੀਂ ਲੇਟ ਨਾ ਹੋਇਆ ਕਰੋ ਯਾਰ, ਮੇਰੀ ਨਾ ਮਤਲਬ ਤੁਹਾਨੂੰ ਦੇਖੋ, ਤੁਹਾਨੂੰ ਨੌਕਰੀ ਮਿਲਦੀ ਆ, ਇੱਥੇ ਮੇਰਾ ਕੋਈ ਬੈਨੀਫਿਟ ਨਹੀਂ ਹੈਗਾ। ਪ੍ਰੈਜੈਂਟ ਯੂਟਿਊਬ ਦੇ ਉੱਪਰ ਤਾਂ ਮੈਨੂੰ ਤੁਸੀਂ ਕੁਛ ਵੀ ਤਰੀਕੇ ਨਾਲ ਬੈਨੀਫਿਟ ਨਹੀਂ ਦੇ ਸਕਦੇ। ਤਾਂ ਮੇਰਾ ਤੁਹਾਡੇ ਨਾਲ ਇਸ ਤਰੀਕੇ ਦਾ ਲਗਾਵ ਹੈ ਕਿ ਆਈ ਵਾਂਟ ਕਿ ਤੁਸੀਂ ਨੌਕਰੀ ਲੱਗੋ। ਇਹਦੇ 'ਚ ਮੇਰਾ ਕੋਈ ਨਿੱਜੀ ਕੰਸਰਨ ਹੈ ਜਿਹਦੇ ਕਰਕੇ ਮੈਂ ਸਪੈਸੀਫਿਕਲੀ ਜ਼ੋਰ ਲਾਉਂਦੀ ਹਾਂ ਕਿ ਨੌਕਰੀ ਲੱਗੋ। ਤਾਂ ਥੋੜ੍ਹੇ ਜਿਹੇ ਪੰਕਚੁਅਲ ਹੋਵੋ, ਠੀਕ ਹੈ? ਕਿਸੇ ਤਰੀਕੇ ਨਾਲ ਆਪਣਾ ਖੁਦ ਦਾ ਨੁਕਸਾਨ ਨਾ ਕਰੋ, ਠੀਕ ਹੈ? ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੁਹਾਨੂੰ ਉੱਧਰ ਐਡ ਕਰ ਦੇਵਾਂਗੇ।
ਅਗਲੇ ਪੁਆਇੰਟ ਤੇ ਚੱਲਦੇ ਹਾਂ। ਅੱਛਾ, ਇੱਥੇ ਇੱਕ ਚੀਜ਼ ਥੋੜੀ ਜੀ ਉਲਟਾ, ਜਿਹੜੇ ਪੌਦੇ ਨੇ, ਜਿਹੜੇ ਪੇੜ ਪੌਦੇ ਨੇ, ਉਹ ਕਾਰਬਨ ਡਾਈਆਕਸਾਈਡ ਲੈਂਦੇ ਨੇ ਤੇ ਆਕਸੀਜਨ ਬਾਹਰ ਕੱਢਦੇ ਨੇ। ਤਾਂ ਹੀ ਤਾਂ ਆਪਾਂ ਪੌਦਿਆਂ ਬੂਟਿਆਂ ਦੇ ਨੀਚੇ ਜ਼ਿਆਦਾਤਰ ਆਪਾਂ ਕੀ ਕਰਦੇ ਹਾਂਗੇ, ਬੈਠਦੇ ਹਾਂ, ਹੈਲਦੀ ਮਹਿਸੂਸ ਕਰਦੇ ਹਾਂ। ਰਾਤ ਨੂੰ ਬੂਟਿਆਂ ਦਾ ਸਰਕਲ ਉਲਟਾ ਹੋ ਜਾਂਦਾ ਹੈ। ਰਾਤ ਨੂੰ ਪਤਾ ਉਹ ਕੀ ਕਰਦੇ ਨੇ, ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਨੇ ਤੇ ਆਕਸੀਜਨ ਇਨਹੇਲ ਕਰਦੇ ਨੇ। ਤਾਂ ਹੀ ਕਹਿੰਦੇ ਹੁੰਦੇ ਆ, ਤੁਸੀਂ ਵਹਿਮ ਕਰ ਜਾਂਦੇ ਉਸ ਗੱਲ ਦਾ ਵੀ ਰਾਤ ਨੂੰ ਕਿਸੇ ਬੂਟੇ ਦੇ ਨੀਚੇ ਨਹੀਂ ਬਹਿੰਦੇ ਹੁੰਦੇ। ਇਹਦਾ ਮਤਲਬ ਇਹ ਹੈ ਵੀ ਰਾਤ ਨੂੰ ਜਿਹੜੇ ਪੇੜ ਪੌਦੇ ਨੇ ਉਹ ਆਪਣੇ ਮਤਲਬ ਜਿਹੜੀ ਇਨਹੇਲਿੰਗ ਆ ਉਹਨਾਂ ਦੀ ਆਕਸੀਜਨ ਦੀ ਹੋ ਜਾਂਦੀ ਹੈ ਤੇ ਉਹ ਬਾਹਰ ਕੀ ਕੱਢਦੇ ਨੇ, ਕਾਰਬਨ ਡਾਈਆਕਸਾਈਡ ਕੱਢਦੇ ਨੇ। ਪਰ ਇਨਸਾਨ ਹਮੇਸ਼ਾ ਇਨਹੇਲ ਆਕਸੀਜਨ ਕਰਦਾ ਤੇ ਕਿਹੜੀ ਗੈਸ ਜਿਹੜੀ ਹੈਗੀ ਉਹ ਬਾਹਰ ਛੱਡੀ ਜਾਂਦੀ ਹੈ। ਤਾਂ ਆਨਸਰ ਕੀ ਆਊਗਾ, ਸੀ ਵਾਲਾ ਆਨਸਰ ਆਊਗਾ। ਹਾਂਜੀ, ਕਿੱਥੋਂ ਲਿੰਕ ਨਹੀਂ ਆਉਂਦਾ ਜੀ? ਚਲੋ ਕੋਈ ਗੱਲ ਨਹੀਂ, ਇਹਨਾਂ ਦੀ ਮਰਜ਼ੀ ਹੈ, ਹੈ। ਹਾਂ, ਨਾਈਟ ਨੂੰ ਉਲਟਾ ਹੋ ਜਾਂਦਾ, ਰਾਤ ਨੂੰ ਬਿਲਕੁਲ ਉਲਟਾ ਸਿਨਾਰੀਓ ਕ੍ਰੀਏਟ ਹੋ ਜਾਂਦਾ। ਬਿਲਕੁਲ ਜੀ, ਬਿਲਕੁਲ। ਚਲੋ ਜੀ, ਦੱਬ ਕੇ ਅਗਲੇ ਪੁਆਇੰਟ ਦੇ ਉੱਪਰ ਚੱਲਦੇ ਹਾਂ। ਪ੍ਰਕਾਸ਼ ਸੰਸਲੇਸ਼ਨ ਕਿਰਿਆ ਬਹੁਤ ਇੰਪੋਰਟੈਂਟ ਸਵਾਲ ਹੈ ਔਰ ਅਸੀਂ 8ਵੀਂ 9ਵੀਂ ਕਲਾਸ ਦੇ ਵਿੱਚ ਪੜ੍ਹਦੇ ਹਾਂ। ਪ੍ਰਕਾਸ਼ ਸੰਸਲੇਸ਼ਨ ਕਿਰਿਆ ਦੇ ਦੌਰਾਨ ਪੌਦਿਆਂ ਦੁਆਰਾ ਕਿਹੜੀ ਗੈਸ ਦਾ ਪ੍ਰਯੋਗ ਕੀਤਾ ਜਾਂਦਾ? ਸਭ ਤੋਂ ਪਹਿਲਾ ਪੁਆਇੰਟ ਇੱਥੇ ਇੱਕ ਹੋਰ ਕੁਐਸਚਨ ਬਣਦਾ ਹੈ। ਕੁਐਸਚਨ ਕੀ ਬਣਦਾ ਹੈਗਾ ਕਿ ਜਿਹੜੇ ਪੌਦੇ ਨੇ ਇਹ ਆਪਣਾ ਭੋਜਨ ਕਿਹੜੀ ਵਿਧੀ ਦੁਆਰਾ ਬਣਾਉਂਦੇ ਨੇ? ਮਤਲਬ ਪੌਦੇ ਮਤਲਬ ਲਿਵਿੰਗ ਥਿੰਗਸ ਨੇ, ਮਤਲਬ ਉਹਨਾਂ 'ਚ ਜਾਨ ਹੈ, ਉਹ ਬਰੀਦ ਕਰਦੇ ਨੇ, ਉਹਨਾਂ ਨੂੰ ਕੁਛ ਨਾ ਕੁਛ ਖਾਣ ਨੂੰ ਵੀ ਚਾਹੀਦਾ। ਜਿਹੜੇ ਪੌਦੇ ਨੇ ਉਹ ਆਪਣਾ ਭੋਜਨ ਤਿਆਰ ਕਰਦੇ ਨੇ ਕਿਹੜੀ ਵਿਧੀ ਦੁਆਰਾ? ਪ੍ਰਕਾਸ਼ ਸੰਸਲੇਸ਼ਨ ਵਿਧੀ ਦੁਆਰਾ। ਜਦੋਂ ਵੀ ਪੌਦੇ ਆਪਣਾ ਭੋਜਨ ਤਿਆਰ ਕਰਨ ਵਾਸਤੇ ਪ੍ਰਕਾਸ਼ ਸੰਸਲੇਸ਼ਨ ਵਿਧੀ ਦਾ ਵਰਤੋਂ ਕਰਦੇ ਨੇ ਤਾਂ ਉਹਨਾਂ ਦੁਆਰਾ ਕਿਹੜੀ ਗੈਸ ਦਾ ਪ੍ਰਯੋਗ ਕੀਤਾ ਜਾਂਦਾ? ਜਾਂ ਇਹਨੂੰ ਸਿੰਪਲੀ ਕਹਿ ਲਓ ਕਿ ਪੌਦੇ ਜਿਹੜੇ ਹੈਗੇ ਨੇ ਇਹ ਆਪਣਾ ਭੋਜਨ ਤਿਆਰ ਕਰਨ ਵਾਸਤੇ ਕਿਹੜੀ ਗੈਸ ਦੀ ਵਰਤੋਂ ਕਰਦੇ ਨੇ? ਕਾਰਬਨ ਡਾਈਆਕਸਾਈਡ ਦੀ। ਕਿਹੜੀ ਗੈਸ ਦੀ ਵਰਤੋਂ ਕਰਦੇ ਨੇ? ਕਾਰਬਨ ਡਾਈਆਕਸਾਈਡ ਦੀ। ਦੇਖੋ ਨੇਚਰ ਦੇ ਵਿੱਚ ਕਿੰਨਾ ਬੈਲੈਂਸ ਕ੍ਰੀਏਟ ਹੋਇਆ ਹੋਇਆ, ਜੇ ਆਪਾਂ ਕੁਦਰਤ ਦੀ ਗੱਲ ਕਰੀਏ ਕਿੱਡੀ ਸੋਹਣੀ ਚੀਜ਼ ਹੈ ਇਹ। ਬੈਲੈਂਸ ਕਿੰਨਾ ਕ੍ਰੀਏਟ ਹੋਇਆ ਹੈ ਵੀ ਜਿਹੜੇ ਮਨੁੱਖ ਨੇ ਉਹ ਆਕਸੀਜਨ ਲੈਂਦੇ ਨੇ ਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਨੇ ਤੇ ਜਿਹੜੇ ਪੌਦੇ ਨੇ ਉਹ ਕਾਰਬਨ ਡਾਈਆਕਸਾਈਡ ਲੈਂਦੇ ਨੇ ਤੇ ਆਕਸੀਜਨ ਬਾਹਰ ਕੱਢਦੇ ਨੇ। ਮਤਲਬ ਦੋਵਾਂ ਦਾ ਬੈਲੈਂਸ ਦੇ ਵਿੱਚ ਹੋਣਾ ਜ਼ਰੂਰੀ ਹੈ। ਜੇ ਇੱਕ ਚੀਜ਼ ਖਤਮ ਹੋ ਜੂਗੀ ਤਾਂ ਦੂਸਰੀ ਚੀਜ਼ ਦਾ ਕੋਈ ਫਾਇਦਾ ਨਹੀਂ ਹੈ, ਤਾਂ ਦੂਸਰੀ ਚੀਜ਼ ਦਾ ਕੋਈ ਫਾਇਦਾ ਨਹੀਂ। ਤਾਂ ਹੀ ਕਰਕੇ ਅਸੀਂ ਬੂਟੇ ਕੱਟ ਦਿੰਦੇ ਹਾਂ, ਪੌਦੇ ਪੱਟ ਦਿੰਦੇ ਹਾਂ, ਫਿਰ ਉਹਦੇ ਨਾਲ ਇੰਬੈਲੈਂਸ ਕ੍ਰੀਏਟ ਹੋਊਗਾ। ਆਪਾਂ ਨੂੰ ਆਕਸੀਜਨ ਛੱਡੂਗਾ ਕੌਣ? ਫਿਰ ਜਿਹੜੀ ਆਪਾਂ ਆਕਸੀਜਨ ਕੰਜ਼ਿਊਮ ਕਰਨੀ ਹੈ ਉਹ ਕਿਤੋਂ ਤਾਂ ਆਊਗੀ ਨਾ, ਉਹਨਾਂ ਨੂੰ ਪੌਦੇ ਸਭ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਛੱਡਦੇ ਨੇ। ਠੀਕ ਹੈ, ਇਹ ਪੁਆਇੰਟ ਜਿਹੜਾ ਹੈਗਾ। ਹਾਂਜੀ, ਇਹ ਜਿਹੜੀ ਜਿਹੜਾ ਬੱਚਾ ਮੈਨੂੰ ਫੁੱਲ ਕੋਰਸ ਦਾ ਪੁੱਛ ਰਿਹਾ, ਫੁੱਲ ਕੋਰਸ 999 ਰੁਪਏ ਦਾ। ਜਿਹੜੇ ਵੀ ਬੱਚੇ ਨੂੰ ਕੋਈ ਕੁਐਰੀ ਆ, ਕੋਰਸ ਲੈਣਾ, ਕਿਸੇ ਤਰੀਕੇ ਦੀ ਕੋਈ ਹੈਲਪ ਲੈਣੀ ਹੈ, 9815776606, ਕਿਉਂਕਿ ਜਵਾਕ ਬੌਂਦਲੇ ਫਿਰਦੇ ਨੇ ਪੇਪਰ ਆਏ ਤੋਂ, ਕਨਫਿਊਜ਼ਨ ਹੋ ਰਹੀ ਹੈ ਜੀ ਕੀ ਕਰੀਏ, ਕਿਵੇਂ ਪੜ੍ਹੀਏ, ਕਿੱਥੋਂ ਪੜ੍ਹੀਏ, ਪਹਿਲਾਂ ਕਿਤੋਂ ਹੋਰ ਤਿਆਰੀ ਕਰਨੀ ਜੀ, ਉਹਨਾਂ ਦਾ ਪੱਲੇ ਨਹੀਂ ਪਿਆ। ਕੱਲ ਮੈਨੂੰ ਘੱਟ ਤੋਂ ਘੱਟ 11 ਕਾਲਜ਼ ਇਹੋ ਜਿਹੀਆਂ ਆਈਆਂ ਨੇ ਜਿਹੜੇ ਜਵਾਕਾਂ ਦਾ ਪਹਿਲਾਂ ਇਹ ਰੋਣਾ ਧੋਣਾ ਸੀ ਵੀ ਜੀ ਸਾਨੂੰ ਤੁਹਾਡੀ ਵੀਡੀਓ ਪਹਿਲਾਂ ਨਹੀਂ ਦਿਖੀ ਹੈਗੀ, ਅਸੀਂ ਕਿਸੇ ਹੋਰ ਜਗ੍ਹਾ ਤੇ ਪੇ ਕਰਤਾ। ਕੋਈ ਗੱਲ ਨਹੀਂ, ਕੋਈ ਘਬਰਾਉਣ ਵਾਲੀ ਲੋੜ ਨਹੀਂ ਹੋਊਗੀ, ਫਿਰ ਕੀ ਹੈ। ਠੀਕ ਹੈ, ਤਾਂ ਹਜੇ ਵੀ ਆਪਾਂ ਟਾਈਮ ਤੇ ਆ ਗਏ, ਹੋ ਸਕਦਾ। ਕਹਿੰਦੇ ਹੁੰਦੇ ਨੇ ਵੀ ਆਥਣ ਭੁੱਲਿਆ ਆਥਣ ਨੂੰ ਆ ਜਾਏ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ, ਹਨਾ। ਤਾਂ ਬੇਸਿਕਲੀ ਇਸ ਚੀਜ਼ ਦੇ ਵਿੱਚ ਆਪਾਂ ਸਪੈਸੀਫਿਕਲੀ ਟੈਨਸ਼ਨ ਨਹੀਂ ਲੈਣੀ ਹੈਗੀ। ਠੀਕ ਹੈ, ਜੇ ਕੋਈ ਪ੍ਰੋਬਲਮ ਹੈ, ਕੋਈ ਤਰੀਕੇ ਦੀ ਕੁਐਰੀ ਹੈ, ਇਸ ਨੰਬਰ ਤੇ ਕਾਲ ਕਰਕੇ ਪੁੱਛ ਲਓ। ਅਗਲਾ ਸਵਾਲ, ਵਾਯੂਮੰਡਲ ਦੀਆਂ ਪਰਤਾਂ ਦਾ ਕਰਮ ਕਿਹੜਾ ਸਹੀ ਹੈ? ਤਾਂ ਇਹ ਆਪਾਂ ਪਹਿਲੀਆਂ ਚੌਣ ਸਾਰੇ ਹੀ ਸਵਾਲ ਕੀਤਾ ਸੀ ਕਿ ਵਾਯੂਮੰਡਲ ਦੀਆਂ ਪੰਜ ਪਰਤਾਂ ਨੇ, ਸਭ ਤੋਂ
ਹੇਠਲੀ ਪਰਤ ਅਸ਼ਾਂਤ ਮੰਡਲ, ਦੂਜੇ ਨੰਬਰ ਤੇ ਸਮਤਾਪ, ਤੀਜੇ ਤੇ ਮੱਧਵਰਤੀ ਮੰਡਲ, ਚੌਥੇ ਤੇ ਤਾਪ ਮੰਡਲ ਤੇ ਪੰਜਵੇਂ ਤੇ ਵਾਰੀ ਮੰਡਲ। ਸੋ ਬੇਸਿਕਲੀ ਜੇ ਆਪਾਂ ਇਹਨਾਂ ਦੇ ਸੀਕੁਐਂਸ ਦੀ ਗੱਲ ਕਰੀਏ, ਇਹਨਾਂ ਦੀ ਪ੍ਰੋਪਰ ਸੀਕੁਐਂਸ ਦੀ ਗੱਲ ਕਰੀਏ ਤਾਂ ਆੜਾ ਆਨਸਰ ਇਜ਼ ਦਾ ਰਾਈਟ ਆਨਸਰ। ਹਾਂਜੀ ਬਿਲਕੁਲ ਜੀ ਬਿਲਕੁਲ, ਹਾਂ ਹਾਂ ਕੋਈ ਮਰਜ਼ੀ ਬੱਚਾ ਲਗਾ ਸਕਦਾ। ਦੇਖੋ ਯਾਰ ਇਹ ਚੀਜ਼ ਨਹੀਂ ਹੁੰਦੀ ਕਦੇ ਵੀ, ਤੁਹਾਡੇ ਹਰ ਇੱਕ ਐਗਜ਼ਾਮ ਦੇ ਵਿੱਚ, ਚਾਹੋ ਟੈਟ ਹੈ, ਚਾਹੋ ETT ਹੈ, ਚਾਹੋ ਪੰਜਾਬ ਪੁਲਿਸ ਹੈ, ਚਾਹੋ ਕੋਈ ਵੀ ਐਗਜ਼ਾਮ ਹੈ, ਜੋਗ੍ਰਾਫੀ ਹਰ ਜਗ੍ਹਾ ਤੇ ਆਉਣੀ ਹੈ, ਹਰ ਜਗ੍ਹਾ ਤੇ MCQs ਆਉਣੇ ਨੇ, ਤਾਂ ਕੋਈ ਵੀ ਬੱਚਾ ਇਸ ਕਲਾਸ ਨੂੰ ਲਗਾ ਸਕਦਾ ਹੈ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਪਾਰਟੀਸ਼ਨ ਹੋਈ ਹੋਈ ਹੈ। ਹਾਂਜੀ 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 ਬਿਲਕੁਲ ਜੀ ਬਿਲਕੁਲ, ਸੀਕੁਐਂਸ ਵਾਈਜ਼ ਸਹੀ ਹੈ। ਬਸ ਇਹ 2-3 ਦਿਨ YouTube ਤੇ ਕਲਾਸਾਂ ਚੱਲਣੀਆਂ, ਉਸ ਤੋਂ ਬਾਅਦ ਐਪ ਦੇ ਉੱਪਰ ਸ਼ਿਫਟ ਹੋ ਜਾਣਗੀਆਂ। ਜਿਹੜੇ ਬੱਚੇ ਐਪ ਵਾਲੇ ਪੁੱਛ ਰਹੇ ਨੇ, 2-3 ਡੈਮੋ YouTube ਤੇ ਚੱਲਦਾ ਹੁੰਦਾ ਰਾਜੇ, ਇਸ ਚੀਜ਼ ਵੀ ਮੰਨੋ, ਅਸੀਂ ਉਸ ਤੋਂ ਬਾਅਦ ਕਲਾਸਸ ਐਪ ਤੇ ਸ਼ਿਫਟ ਕਰ ਦਿਆਂਗੇ। ਮੌਨਸੂਨ ਸ਼ਬਦ ਦਾ ਅਰਥ ਕੀ ਹੈ? ਮੌਨਸੂਨ ਸ਼ਬਦ ਸਾਡੇ ਲਈ ਬੜਾ ਹੀ ਪਿਆਰਾ ਤੇ ਆਪਾਂ ਕਹਿ ਦਈਏ ਵੀ ਹਰਮਨ ਪਿਆਰਾ ਸ਼ਬਦ ਹੈ। ਮੌਨਸੂਨ ਦਾ ਅਸਲੀ ਮੀਨਿੰਗ ਕੀ ਹੁੰਦਾ ਹੈਗਾ? ਹਾਂਜੀ ਮੌਨਸੂਨ ਦਾ ਅਸਲੀ ਮੀਨਿੰਗ ਕੀ ਹੁੰਦਾ ਹੈਗਾ? ਕਰ ਦਿੰਦੇ ਹਾਂ ਕਰ ਦਿੰਦੇ ਹਾਂ। ਹਾਂਜੀ ਆ ਦੇਖੋ ਥੋੜੀਆਂ ਹੋਰ ਹੀ, ਫਿਰ ਉਹੀ ਗੱਲ, ਥੋੜੀਆਂ ਲੱਡੂ ਕੁਐਰੀਜ਼ ਨੇ, ਥੋੜੀਆਂ ਜਿਹੜੇ ਚੱਲ ਲੱਡੂ ਕੁਐਰੀਜ਼ ਹੱਲ ਨਹੀਂ ਹੁੰਦੀਆਂ, ਤੁਸੀਂ ਪੁੱਛਣੋਂ ਨਹੀਂ ਹਟਦੇ ਉਹਨਾਂ ਚਿਰ, ਤੁਸੀਂ ਪੜ੍ਹ ਨਹੀਂ ਸਕਦੇ, ਪੜ੍ਹ ਲਓ। ਹਾਂਜੀ ਮੌਨਸੂਨ ਸ਼ਬਦ ਦਾ ਮਤਲਬ ਕੀ ਹੈ? ਹਵਾ ਦੀ ਦਿਸ਼ਾ ਦਾ ਬਦਲਣਾ। ਬਹੁਤ ਸਾਰੇ ਬੱਚਿਆਂ ਦੇ ਆਨਸਰ ਆ ਰਹੇ ਹੁਣ ਤਾਂ, ਮਤਲਬ ਆਨਸਰ ਨਾਲ ਕਮੈਂਟ ਸੈਕਸ਼ਨ ਭਰ ਜਾਂਦਾ ਸਾਰਾ। ਬਹੁਤ ਵਧੀਆ ਗੱਲ ਹੈ ਇਹ, ਤੁਸੀਂ ਰਿਸਪੌਂਸ ਕਰ ਰਹੇ ਹੋ ਨਾ ਚੀਜ਼ਾਂ ਦਾ, ਔਰ ਮੈਨੂੰ ਵੀ ਮਤਲਬ ਥੋੜਾ ਥੋੜਾ ਤੁਹਾਡੇ ਨਾਲ ਮੈਨੂੰ ਵੀ ਕੰਫੀਡੈਂਸ ਆ ਰਿਹਾ ਵੀ ਜੋ ਮੈਂ ਪੜਾਇਆ ਬੱਚੇ ਉਹ ਕਵਰ ਅਪ ਕਰ ਰਹੇ ਨੇ, ਜੋ ਮੈਂ ਪੜਾ ਰਹੀ ਹਾਂ ਬੱਚੇ ਗ੍ਰੈਬ ਕਰ ਰਹੇ ਨੇ, ਉਹਦੇ ਬੇਸਿਸ ਤੇ ਆਪਾਂ ਕੁਐਸਚਨਸ ਕਰਨੇ ਨੇ। ਮੌਨਸੂਨ ਦਾ ਭਾਵ ਹੈ ਹਵਾ ਦੀ ਦਿਸ਼ਾ ਦਾ ਬਦਲਣਾ। ਮੌਨਸੂਨ ਪੌਣਾ ਚੱਲਦੀਆਂ ਨੇ ਤਾਂ ਹੀ ਮੌਨਸੂਨ ਵਰਖਾ ਆਉਂਦੀ ਹੈ। ਮੌਨਸੂਨ ਦਾ ਮਤਲਬ ਬੇਸਿਕਲੀ ਮੌਸਮ ਹੁੰਦਾ, ਵੈਸੇ ਤਾਂ ਉਹਦੇ ਅਕੋਰਡਿੰਗ ਤੁਸੀਂ ਇਹਨੂੰ ਕਵਰ ਕਰ ਲਓ। ਹਾਂਜੀ ਟੈਸਟ ਬੈਚ ਆਨਲਾਈਨ ਆਨਲਾਈਨ ਹੁੰਦਾ। ਲਓ ਜੀ ਲਓ ਅਗਲੇ ਪੁਆਇੰਟ ਤੇ ਚੱਲਦੇ ਹਾਂ। ਅਗਲਾ ਕੁਐਸਚਨ ਹੈ, ਉੱਚ ਦਬਾਅ ਵਾਲੀਆਂ ਹਵਾਵਾਂ ਜੋ ਕੇਂਦਰ ਤੋਂ ਬਾਹਰ ਵੱਲ ਨੂੰ ਚੱਲਦੀਆਂ ਨੇ। ਆਪਾਂ ਨਾ ਇੱਕ ਪੁਆਇੰਟ ਕੀਤਾ ਸੀ, ਆਪਾਂ ਨੇ ਇੱਕ ਪੁਆਇੰਟ ਕੀਤਾ ਸੀ ਜਿਹਦੇ ਵਿੱਚ ਏਅਰ ਪ੍ਰੈਸ਼ਰ ਦਾ ਜਿਹੜਾ ਵਾਯੂ ਦਾਬ ਹੈ ਉਹਦਾ ਬਹੁਤ ਜ਼ਿਆਦਾ ਇਫੈਕਟ ਹੁੰਦਾ ਹੈ ਜਦੋਂ ਕੋਈ ਵੀ ਹਵਾ ਚੱਲਦੀ ਹੈ। ਜਦੋਂ ਵੀ ਹਵਾ ਵਹਿੰਦੀ ਆ ਤਾਂ ਉਹਦੇ ਵਿੱਚ ਏਅਰ ਪ੍ਰੈਸ਼ਰ ਵਾਯੂ ਦਾਬ ਦਾ ਇਫੈਕਟ ਬਹੁਤ ਜ਼ਿਆਦਾ ਹੁੰਦਾ ਹੈਗਾ। ਠੀਕ ਹੈ ਹਾਂਜੀ, ਲਓ ਜੀ ਸਪੈਸੀਫਿਕਲੀ ਉੱਚ ਦਬਾਅ ਵਾਲੀਆਂ ਹਵਾਵਾਂ ਜੋ ਕੇਂਦਰ ਤੋਂ ਬਾਹਰ ਵੱਲ ਨੂੰ ਚੱਲਦੀਆਂ ਨੇ ਇਹਨੂੰ ਅਸੀਂ ਕੀ ਕਹਿੰਦੇ ਹਾਂ? ਜਦੋਂ ਤਾਂ ਬਾਹਰੋਂ ਮਤਲਬ ਸੈਂਟਰ ਤੋਂ ਆਹ ਚੀਜ਼ ਦੇਖ ਕੇ ਯਾਦ ਆ ਗਿਆ ਹੋਣਾ, ਆਹ ਕੀ ਹੈ? ਚੱਕਰਵਾਤ। ਆਹ ਕੀ ਹੈ? ਚੱਕਰਵਾਤ। ਤੇ ਇਹਦੇ ਬੇਸਿਸ ਤੇ ਕੀ ਹੁੰਦੀ ਹੈ? ਚੱਕਰਵਾਤੀ ਵਰਖਾ। ਇਹਦੇ ਬੇਸਿਸ ਤੇ ਕੀ ਹੁੰਦੀ ਹੈ? ਚੱਕਰਵਾਤੀ ਵਰਖਾ। ਜਦੋਂ ਤਾਂ ਕੇਂਦਰ ਤੋਂ ਬਾਹਰ ਵੱਲ ਨੂੰ ਚੱਲਦੀਆਂ, ਕੇਂਦਰ ਮਤਲਬ ਆ ਸੈਂਟਰ ਵਾਲਾ ਬਿੰਦੂ, ਇਹਦੇ ਤੋਂ ਹਵਾ ਕਿਹੜੇ ਪਾਸੇ ਨੂੰ ਚਲੀ ਗਈ? ਬਾਹਰ ਵਾਲੇ ਪਾਸੇ ਨੂੰ ਚਲੀ ਗਈ। ਇਹਨੂੰ ਅਸੀਂ ਕਹਿੰਦੇ ਹਾਂ ਵਿਰੋਧੀ ਚੱਕਰਵਾਤ। ਜਦੋਂ ਬਾਹਰੋਂ ਹਵਾ ਅੰਦਰ ਵੱਲ ਨੂੰ ਚੱਲਦੀ ਹੈ ਇਹਨੂੰ ਅਸੀਂ ਸਿੰਪਲ ਭਾਸ਼ਾ ਦੇ ਵਿੱਚ ਕੀ ਕਹਿੰਦੇ ਹਾਂ?
ਚੱਕਰਵਾਤ ਤਾਂ ਆਪਾਂ ਦੋ ਤਰੀਕੇ ਦੀ ਚੀਜ਼ ਕੀਤੀ ਸੀ, ਇੱਕ ਆਪਾਂ ਚੱਕਰਵਾਤ ਕੀਤਾ ਸੀ, ਇੱਕ ਆਪਾਂ ਨੇ ਵਿਰੋਧੀ ਚੱਕਰਵਾਤ ਕੀਤਾ ਸੀ। ਚੱਕਰਵਾਤ ਦਾ ਮਤਲਬ ਹੈ ਹਵਾ ਦਾ ਬਾਹਰੋਂ ਅੰਦਰ ਨੂੰ ਚੱਲਣਾ, ਔਰ ਵਿਰੋਧੀ ਚੱਕਰਵਾਤ ਦਾ ਮਤਲਬ ਹੈ ਅੰਦਰੋਂ ਬਾਹਰ ਨੂੰ ਚੱਲਣਾ। ਹੁਣ ਆਪਾਂ ਨੂੰ ਪੁੱਛਿਆ ਕੀ ਹੈਗਾ, ਕੇਂਦਰ ਤੋਂ ਬਾਹਰ ਵੱਲ, ਤਾਂ ਇਹਦਾ ਮਤਲਬ ਕਿਹੜਾ ਚੱਕਰਵਾਤ ਹੈ? ਵਿਰੋਧੀ ਚੱਕਰਵਾਤ। ਹਾਂਜੀ ਬਿਲਕੁਲ ਜੀ। ਹੋਣਗੇ ਹੋਣਗੇ ਟੈਸਟ, ਟੈਸਟ ਕਿਉਂ ਨਹੀਂ ਹੋਣਗੇ? ਤੁਸੀਂ ਕੀ ਘਬਰਾਹਟ ਪਾ ਰੱਖਿਆ ਬਿਨਾਂ ਗੱਲ ਤੋਂ? ਕੱਲ ਮੈਂ ਲਗਭਗ 11 ਟੈਸਟ ਬਣਾਤੇ ਤੁਹਾਡੇ ਬੈਠ ਕੇ, ਔਰ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਟੈਸਟ ਬਣਾ ਕੇ ਬੱਚਿਆਂ ਨੂੰ ਪ੍ਰੋਵਾਈਡ ਕਰੋ। ਹਾਂਜੀ ਯੂਟਿਊਬ ਤੇ ਕਲਾਸਸ ਬੰਦ ਹੋਣਗੇ, ਠੀਕ ਹੈ? ਪਤਾ ਨਹੀਂ ਤੁਹਾਡਾ ਆਪ ਹੀ ਮਤਲਬ ਤੁਸੀਂ ਮੰਡੇ ਰਹਿੰਦੇ ਹੋ, ਕਿਉਂ ਨਹੀਂ ਹੋ ਰਹੇ? ਹੋਣਗੇ ਯਾਰ, ਮੈਂ ਕੱਲ ਹੀ ਬਣਵਾ ਕੇ ਹਟੀ, ਮੈਂ ਖੁਦ ਬੈਠ ਕੇ ਬਣਵਾਏ ਨੇ ਟੈਸਟ, ਹਨਾ? ਵੀ ਮੈਨੂੰ ਇੰਨਾ ਕੰਮ ਹੋਣ ਦੇ ਬਾਵਜੂਦ ਵੀ ਮੈਂ ਵਾਰੀ ਵਾਰੀ ਕਹਿੰਦੀ ਵੀ ਚੰਗੀ ਨਹੀਂ ਲੱਗਦੀ ਹੈਗੀ, ਜਦਕਿ ਮੇਰੇ ਲਈ ਕੋਈ ਪ੍ਰੈਸ਼ਰ ਵਾਲੀ ਗੱਲ ਨਹੀਂ ਹੈਗੀ, ਮੈਂ ਛੁੱਟੀਆਂ ਲੈ ਕੇ ਆਰਾਮ ਨਾਲ ਘਰੇ ਬੈਠ ਸਕਦੀ ਹਾਂ, ਬਟ ਸਟਿਲ ਮੈਂ ਤੁਹਾਡੀਆਂ ਕਲਾਸਸ ਕੰਟੀਨਿਊ ਕਰ ਰਹੀ ਹਾਂ। ਤੁਸੀਂ ਪਤਾ ਨਹੀਂ ਕਿਹੜੀਆਂ ਗੱਲਾਂ ਤੇ ਧਿਆਨ ਦੇਈ ਜਾਂਦੇ ਹੋ, ਠੀਕ ਹੈ? ਹਾਂਜੀ ਅਗਲਾ ਪੁਆਇੰਟ ਹੈ, ਫੈਰਲ ਦੇ ਨਿਯਮ ਅਨੁਸਾਰ ਹਵਾ ਆਪਣੀ ਦਿਸ਼ਾ ਬਦਲਦੀ ਹੈ। ਇੱਕ ਲਾਅ ਜਿਹੜਾ ਬਹੁਤ ਇੰਪੋਰਟੈਂਟ ਕੰਮ ਕਰਦਾ ਹੈ, ਫੈਰਲ ਲਾਅ, ਫੈਰਲ ਨਿਯਮ, ਇਹਦੇ ਅਕੋਰਡਿੰਗਲੀ ਹਵਾ ਜਿਹੜੀ ਹੈਗੀ ਆ ਆਪਣੀ ਉਹ ਦਿਸ਼ਾ ਕਿਵੇਂ ਬਦਲਦੀ ਹੈ। ਫੈਰਲ ਦਾ ਲਾਅ ਕੀ ਕਹਿੰਦਾ ਹੈ ਕਿ ਜਦੋਂ ਤਾਂ ਅਸੀਂ ਉੱਤਰੀ ਅਰਧਗੋਲੇ ਦੀ ਗੱਲ ਕਰਦੇ ਹਾਂ ਤਾਂ ਹਵਾ ਸੱਜੇ ਪਾਸੇ ਨੂੰ ਚੱਲਦੀ ਹੈ, ਜਦੋਂ ਅਸੀਂ ਦੱਖਣੀ ਅਰਧਗੋਲੇ ਦੀ ਗੱਲ ਕਰਦੇ ਹਾਂ ਤਾਂ ਹਵਾ ਖੱਬੇ ਪਾਸੇ ਨੂੰ ਚੱਲਦੀ ਹੈ। ਉੱਤਰੀ ਅਰਧਗੋਲਾ ਤੇ ਦੱਖਣੀ ਅਰਧਗੋਲਾ ਕੀ ਚੀਜ਼ ਹੈ? ਤੁਸੀਂ ਕਨਸੈਪਟ ਸਮਝ ਲਓ, ਮੈਂ ਤੁਹਾਨੂੰ ਦੱਸਾਂ, ਫਿਰ ਤੁਸੀਂ ਪੇਪਰ 'ਚ ਨਾ ਹੋਰੂ ਤੋਰੂ ਜੇ ਮੂੰਹ ਕਰਕੇ ਬੈਠੇ ਰਹੋਗੇ, ਜਿਹੜੀ ਗੱਲ ਸਮਝਣ ਵਾਲੀ ਉਹ ਸਮਝਦੇ ਨਹੀਂਗੇ, ਹੋਰ ਹੀ ਕੁਛ ਪੁੱਛੀ ਜਾਂਦੇ ਨੇ। ਹਾਂਜੀ ਜੇ ਅਸੀਂ ਉੱਤਰੀ ਅਰਧਗੋਲੇ ਤੇ ਦੱਖਣੀ ਅਰਧਗੋਲੇ ਦੀ ਗੱਲ ਕਰੀਏ ਤਾਂ ਇਸ ਕਨਸੈਪਟ ਨੂੰ ਪ੍ਰੋਪਰ ਤਰੀਕੇ ਦੇ ਨਾਲ ਆਪਾਂ ਸਮਝ ਕੇ ਚੱਲਣਾ ਹੈਗਾ। ਜੇ ਅਸੀਂ ਉੱਤਰੀ ਅਰਧਗੋਲੇ ਦੀ ਗੱਲ ਕਰੀਏ, ਆਪਾਂ ਜੇ ਦੇਖੀਏ ਤਾਂ ਸਾਡੀ ਜਿਹੜੀ ਧਰਤੀ ਆ ਉਹ ਪ੍ਰੋਪਰ ਤਰੀਕੇ ਦੇ ਨਾਲ ਗਲੋਬ ਸਟੱਡੀ ਕਰਦੇ ਹਾਂ ਅਸੀਂ, ਗਲੋਬ ਦੇ ਥਰੂ ਜਿਹੜੀ ਸਾਡੀ ਅਰਥ ਆ, ਠੀਕ ਹੈ? ਠੀਕ ਹੈ, ਸੋ ਇਹ ਸਾਡਾ ਗਲੋਬ ਹੈ। ਸਾਡੇ ਗਲੋਬ ਦੇ ਸੈਂਟਰ ਵਿੱਚੋਂ ਦੀ ਬਿਲਕੁਲ ਕੀ ਚੱਲਦੀ ਹੈ? ਭੂਮੱਧ ਰੇਖਾ ਚੱਲਦੀ ਹੈ। ਕਿਹੜੀ ਰੇਖਾ ਚੱਲਦੀ ਹੈ? ਭੂਮੱਧ ਰੇਖਾ, ਜਿਹੜੀ ਕਿ ਇਕੁਏਟਰ, ਜਿਹੜਾ ਕਿ ਸਾਡੀ ਧਰਤੀ ਨੂੰ ਦੋ ਬਰਾਬਰ ਹਿੱਸਿਆਂ ਦੇ ਵਿੱਚ ਵੰਡ ਦਿੰਦੀ ਹੈ। ਉੱਪਰ ਵਾਲਾ ਹਿੱਸਾ ਜਿਹਨੂੰ ਅਸੀਂ ਬੋਲਦੇ ਹਾਂ ਉੱਤਰੀ ਅਰਧ ਗੋਲਾ, ਔਰ ਨੀਚੇ ਵਾਲਾ ਹਿੱਸਾ ਜਿਹਨੂੰ ਅਸੀਂ ਬੋਲਦੇ ਹਾਂ ਦੱਖਣੀ ਅਰਧ ਗੋਲਾ। ਜੇ ਅਸੀਂ ਭੂਮੱਧ ਰੇਖਾ ਦੇ ਉੱਪਰ ਦੀ ਗੱਲ ਕਰੀਏ, ਇੱਕ ਹੋਰ ਲਾਈਨ ਗੁਜ਼ਰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਰਕ ਰੇਖਾ, ਇੱਕ ਨੀਚੇ ਦੀ ਲਾਈਨ ਗੁਜ਼ਰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਮਕਰ ਰੇਖਾ। ਇੱਕ ਵਾਰੀ ਥੋੜਾ ਜਿਹਾ ਗਲੋਬ ਸਟੱਡੀ ਕਰ ਲਓ, ਇੱਕ ਵਾਰੀ ਥੋੜਾ ਜਿਹਾ ਗਲੋਬ ਸਟੱਡੀ ਕਰ ਲਓ, ਫਿਰ ਉਹਦੇ ਬੇਸਿਸ ਤੇ ਸਪੈਸੀਫਿਕਲੀ ਆਪਾਂ ਹੋਣਗੇ ਹੋਣਗੇ ਟੈਸਟ ਸਾਰਿਆਂ ਦੇ ਹੋਣਗੇ, ਠੀਕ ਹੈ? ਠੀਕ ਹੈ, ਹਾਂਜੀ ਲਓ ਜੀ। ਤਾਂ ਆਪਾਂ ਉੱਤਰੀ ਅਰਧਗੋਲੇ ਦੀ ਗੱਲ ਕਰੀਏ, ਦੱਖਣੀ ਅਰਧਗੋਲੇ ਦੀ ਗੱਲ ਕਰੀਏ, ਉੱਪਰ ਵਾਲੀ ਰੇਖਾ ਕਰਕ ਰੇਖਾ, ਨੀਚੇ ਵਾਲੀ ਰੇਖਾ ਮਕਰ ਰੇਖਾ, ਇਹਦੇ ਨੀਚੇ ਇੱਕ ਹੋਰ ਰੇਖਾ ਨਿਕਲਦੀ ਹੈ ਜਿਹਨੂੰ ਤੁਸੀਂ ਬੋਲਦੇ ਹੋ ਅੰਟਾਰਕਟਿਕ ਰੇਖਾ, ਔਰ ਜਿਹੜਾ ਇਹਦੇ ਉੱਪਰ ਵਾਲੀ ਰੇਖਾ ਨਿਕਲਦੀ ਹੈ ਇਹਨੂੰ ਤੁਸੀਂ ਬੋਲਦੇ ਹੋ ਆਰਕਟਿਕ ਰੇਖਾ। ਔਰ ਜੇ ਆਪਾਂ ਇਹਨਾਂ ਦੀ ਗੱਲ ਕਰੀਏ, ਭੂਮੱਧ ਰੇਖਾ 0 ਡਿਗਰੀ ਤੇ ਹੈ, ਜਿਹੜੀ ਸਾਡੀ ਕਰਕ ਰੇਖਾ 23.5 ਡਿਗਰੀ ਨੌਰਥ ਆ, ਜਿਹੜੀ ਸਾਡੀ ਮਕਰ ਰੇਖਾ 23.5 ਡਿਗਰੀ ਸਾਊਥ ਆ, ਅੰਟਾਰਕਟਿਕ ਰੇਖਾ 66.5 ਡਿਗਰੀ ਸਾਊਥ ਆ, ਔਰ ਇੱਥੇ ਆਰਕਟਿਕ ਰੇਖਾ 66.5 ਡਿਗਰੀ ਸਾਊਥ ਆ, ਠੀਕ ਹੈ? ਔਰ ਜੇ ਆਪਾਂ ਗੱਲ ਕਰੀਏ ਇੱਥੇ ਦੋ ਧੁਰੇ ਦੀ, ਇਹ ਸਾਡਾ ਕਿਹੜਾ ਧੁਰਾ? ਉੱਤਰੀ ਧੁਰਾ। ਇਹ ਸਾਡਾ ਕਿਹੜਾ ਧੁਰਾ ਹੈ? ਦੱਖਣੀ ਧੁਰਾ। ਔਰ ਜੇ ਆਪਾਂ ਧੁਰਿਆਂ ਦੀ ਗੱਲ ਕਰੀਏ ਤਾਂ ਧੁਰੇ ਕਿੰਨੇ ਡਿਗਰੀ ਦੇ ਉੱਪਰ ਨੇ? 90 ਡਿਗਰੀ ਦੇ ਉੱਪਰ ਨੇ। ਹਾਂਜੀ
ਹਾਂਜੀ ਹਾਂਜੀ, ਤਾਂ ਬੇਸਿਕਲੀ ਇਹ ਸਾਡਾ ਸਾਰਾ ਪੁਆਇੰਟ ਹੈ। ਹੁਣ ਆਪਾਂ ਇੱਕ ਪੁਆਇੰਟ ਕਲੀਅਰ ਕੀਤਾ ਸੀ ਕਿ ਜਿਹੜਾ ਸਾਡਾ ਉੱਤਰੀ ਧੁਰਾ, ਜਿਹੜਾ ਸਾਡਾ ਉੱਤਰੀ ਧੁਰਾ ਇਹ ਬਿਲਕੁਲ ਵੱਖਰਾ ਕਿਹਦੇ ਕੰਪੈਰੇਟਿਵਲੀ ਦੱਖਣੀ ਧੁਰੇ ਦੇ। ਵੱਖਰਾ ਕੀ ਹੈ? ਉਲਟਾ। ਜੇ ਉੱਤਰੀ ਧੁਰੇ ਦੇ ਵਿੱਚ ਸਿਆਲ ਨੇ, ਇੱਥੇ ਕੀ ਹੁੰਦੀ ਹੈ? ਗਰਮੀ। ਜੇ ਇੱਥੇ ਪਤਝੜ ਹੈ, ਇੱਥੇ ਕੀ ਹੁੰਦੀ ਹੈ? ਬਹਾਰ। ਹੁਣ ਆਪਾਂ ਇਸ ਕਨਸੈਪਟ ਦੇ ਉੱਪਰ ਸਮਝਣਾ ਹੈ ਕਿ ਫੈਰਲ ਦਾ ਨਿਯਮ ਕਹਿੰਦਾ ਹੈ ਕਿ ਹਵਾ ਆਪਣੀ ਦਿਸ਼ਾ ਬਦਲਦੀ ਹੈ। ਹਵਾ ਆਪਣੀ ਦਿਸ਼ਾ ਕਿਸ ਤਰੀਕੇ ਨਾਲ ਬਦਲਦੀ ਹੈ? ਉੱਤਰੀ ਅਰਧ ਗੋਲੇ ਦੇ ਵਿੱਚ ਹਵਾ ਸੱਜੇ ਪਾਸੇ ਨੂੰ ਚੱਲਦੀ ਹੈ, ਦੱਖਣੀ ਅਰਧ ਗੋਲੇ ਦੇ ਵਿੱਚ ਹਵਾ ਖੱਬੇ ਪਾਸੇ ਨੂੰ ਚੱਲਦੀ ਹੈ। ਇਹ ਪੁਆਇੰਟ ਤੁਸੀਂ ਕਲੈਰੀਫਾਈ ਕਰਕੇ ਚੱਲਣਾ। ਉਸ ਤੋਂ ਬਾਅਦ ਚੱਲੇ ਆਪਾਂ ਨੈਕਸਟ ਕੁਐਸਚਨ ਤੇ। ਧਰਤੀ ਦੇ ਆਲੇ ਦੁਆਲੇ ਹਵਾ ਦੇ ਗਲਾਫ ਨੂੰ ਕੀ ਕਹਿੰਦੇ ਨੇ? ਵਾਯੂ ਮੰਡਲ। ਧਰਤੀ ਦੇ ਆਲੇ ਦੁਆਲੇ ਹਵਾ ਦਾ ਗਲਾਫ ਹੈ ਜਿਹਨੂੰ ਅਸੀਂ ਕੀ ਕਹਿੰਦੇ ਹਾਂ? ਵਾਯੂ ਮੰਡਲ। ਸਾਡੇ ਕਿੰਨੇ ਮੰਡਲ ਨੇ? ਤਿੰਨ ਮੰਡਲ ਨੇ। ਸਭ ਤੋਂ ਪਹਿਲਾਂ ਜਲ ਮੰਡਲ, ਕਿੰਨੇ ਪਰਸੈਂਟ? 71%। ਕਿੰਨਵਾਂ ਹਿੱਸਾ? 2/3। ਕਿੰਨੇ ਮਹਾਸਾਗਰ? 5। ਦੂਜਾ ਥਲ ਮੰਡਲ, ਕਿੰਨੇ ਪਰਸੈਂਟ? 29%। ਕਿੰਨੇ ਮਹਾਦੀਪ? 7 ਮਹਾਦੀਪ। ਸਭ ਤੋਂ ਵੱਡਾ ਮਹਾਦੀਪ ਏਸ਼ੀਆ, ਸਭ ਤੋਂ ਛੋਟਾ ਮਹਾਦੀਪ ਆਸਟ੍ਰੇਲੀਆ। ਵਾਯੂ ਮੰਡਲ ਕਿੰਨੀਆਂ ਪਰਤਾਂ? 5 ਪਰਤਾਂ। ਸਭ ਤੋਂ ਹੇਠਲੀ ਪਰਤ ਅਸ਼ਾਂਤ ਮੰਡਲ, ਉੱਪਰਲੀ ਸਮਤਾਪ ਮੰਡਲ, ਉਸ ਤੋਂ ਉੱਪਰਲੀ ਮੱਧਵਰਤੀ, ਉਸ ਤੋਂ ਉੱਪਰਲੀ ਆਇਨ ਮੰਡਲ, ਉਸ ਤੋਂ ਉੱਪਰਲੀ ਵਾਰੀ ਮੰਡਲ। ਤਾਂ ਆਪਣਾ ਵਾਯੂ ਮੰਡਲ ਹਵਾ ਦੇ ਗਲਾਫ ਨੂੰ ਕਿਹਾ ਜਾਂਦਾ ਹੈ। ਵੈਰੀ ਗੁੱਡ ਜੀ, ਵੈਰੀ ਗੁੱਡ। ਜਿਹੜੇ ਬੱਚੇ ਆਨਸਰਸ ਕਰ ਰਹੇ ਨੇ, ਬਹੁਤ ਹੀ ਅੱਛਾ। ਲਓ ਜੀ, ਕਲੈਰੀਫਾਈ ਹੋਇਆ ਸਾਰਾ ਪੁਆਇੰਟ। ਅਗਲਾ ਸਵਾਲ ਤੁਹਾਡੀ ਸਕਰੀਨ ਤੇ, ਹਰਸ਼ਵਰਧਨ। ਓਹੋ, ਹਿਸਟਰੀ ਦੇ ਕੁਐਸਚਨ ਆ ਗਏ। ਚਲੋ ਜੀ, ਫਿਰ ਆਪਾਂ ਮਿਲਦੇ ਹਾਂ ਕੱਲ ਨੂੰ ਸ਼ਾਮ ਨੂੰ ਸੇਮ ਟਾਈਮ ਤੇ, 6:30 to 7:30। ਠੀਕ ਹੈ। ਸੋ ਸਵੇਰੇ 9:30 ਸੇਮ ਕੰਟੈਂਟ ਲੈ ਕੇ ਤੁਹਾਡੇ ਹਿਸਟਰੀ ਦੇ ਕੁਐਸਚਨ ਆ ਗਏ, ਸੰਦੀਪ ਸਰ ਦੇ ਕੁਐਸਚਨ ਕਰਾਉਣਗੇ। ਠੀਕ ਹੈ। ਸੋ ਸਾਰੇ ਜਣੇ ਪੜ੍ਹਦੇ ਰਹੋ, ਆਬਾਦ ਰਹੋ, ਬੇਫਿਕਰ ਰਹੋ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ। ਇੰਗਲਿਸ਼ ਦੱਸ ਦਿਆ ਕਰੂੰਗੀ, ਡੈਫੀਨੇਟਲੀ ਇੰਗਲਿਸ਼ ਮੈਂ ਦੱਸ ਦਿਆ ਕਰੂੰਗੀ। ਠੀਕ ਹੈ। ਚਲੋ ਜੀ, ਚਲੋ, ਸ਼ੁਕਰੀਆ ਜੀ ਬਹੁਤ ਬਹੁਤ ਸਾਰਿਆਂ ਦਾ ਸੁਣਨ ਦੇ ਲਈ। ਔਰ ਪੜ੍ਹਦੇ ਰਹੋ, ਪ੍ਰੋਪਰ ਤਰੀਕੇ ਨਾਲ ਤਿਆਰੀ ਕਰਦੇ ਰਹੋ। ਕੋਈ ਵੀ ਕੁਆਰੀ ਹੈ, ਯੂ ਕੈਨ ਕਾਲ ਅਸ। ਠੀਕ ਹੈ, ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਬੈਚ ਦੀ ਕੁਆਰੀ ਹੈ, ਬੈਚ ਲੈਣਾ ਹੈਗਾ ਤਾਂ ਵੀ ਕਾਲ ਕਰ ਸਕਦੇ।